ਲੈ ਬੂ ਮੈਂ ਮਰ ਜਾ, ਬੁੜਾ ਹੋ ਗਿਆ, ਸ਼ਰਮ ਨਹੀਂ ਆਉਂਦੀ ਹੈਗੀ। ਬੋਤਲ ਹੱਥ ਚ ਆ ਗਈ, ਡੱਕਿਆ ਫਿਰਦਾ ਵੀ ਬੁੜੇ ਹੱਡ ਨੇ ਗੇ, ਐ ਡੱਕ ਕੇ ਤੂੰ ਗਲੀਆਂ ਚ ਵੱਜਦਾ ਫਿਰਦਾ। ਤੇਰੇ ਵਿੱਚ ਕਿਸੇ ਨੇ ਕੁਛ ਮਾਰਿਆ ਤੇ ਤੇਰਾ ਰਹਿਣਾ ਕੀ ਹੈਗਾ? ਉਹ ਭਾਗਵਾਨ ਨੇ ਉਹ ਗੱਲ ਸੁਣ ਮੇਰੀ, ਉਹ ਨਾਲੇ ਪਾਣੀ ਲਿਆ, ਨਾਲੇ ਗਲਾਸ ਲਿਆ। ਓਏ ਹਾਂ ਦੱਸ ਕੀ ਕਹਿਣਾ ਹੈਗਾ ਹੁਣ? ਉਹ ਤੈਨੂੰ ਸੁਣਿਆ ਨੀ, ਮੈਂ ਤੈਨੂੰ ਕਿਹਾ ਹੈ ਵੀ ਤੂੰ ਪਾਣੀ ਲਿਆ, ਨਾਲੇ ਗਲਾਸ ਲਿਆ, ਮਾੜਾ ਜਿਹਾ ਪੈਗ ਲਾ ਲਾ ਮੈਂ। ਨਾ ਮੇਰੀ ਗੱਲ ਸੁਣ, ਆ ਜਿਹੜੀ ਅੱਧੀ ਬੋਤਲ ਕਰ ਆਇਆ ਆ, ਇਹ ਦੱਸ ਕੀ ਉਹ ਕਰਨੀ ਸੀਗੀ? ਏਡੀ ਸਦੇ ਅਸੀਂ ਪੀ ਕੇ ਤੜਕੀ ਬਹਿ ਜਾਂਦਾ ਗਾ। ਉਹ ਤੈਨੂੰ ਕੀ ਪਤਾ ਭਾਗਵਾਨ, ਤੂੰ ਗਲਾਸ ਲਿਆ, ਜਿਹੜਾ ਮੈਂ ਤੈਨੂੰ ਕੰਮ ਕਿਹਾ ਉਹ ਕਰ। ਤੈਨੂੰ ਪਤਾ ਮੇਰੇ ਦਿਮਾਗ ਤੇ ਕਿੰਨਾ ਬੋਝ ਹੈ, ਜਦੋਂ ਮੈਂ ਇਹਨੂੰ ਪੀ ਲੈਂਦਾ ਨਾ, ਉਦੋਂ ਮਾੜਾ ਜਿਹਾ ਦਿਮਾਗ ਤੋਂ ਬੋਝ ਟਲ ਜਾਂਦਾ ਹੈ, ਮੇਰੀ ਟੈਨਸ਼ਨ ਦੂਰ ਹੋ ਜਾਂਦੀ। ਤੂੰ ਗਲਾਸ ਲਿਆ, ਨਾਲੇ ਪਾਣੀ ਲਿਆ। ਨਾ ਇਹ ਇਹੋ ਜਿਹੀ ਕਿਹੋ ਜਿਹੀ ਦਵਾਈ ਆ ਜਿਹੜੀ ਤੇਰੇ ਦਿਮਾਗ ਤੋਂ ਟੈਨਸ਼ਨ ਚੱਕੀ ਜਾਂਦੀ ਹੈਗੀ? ਉਹ ਤੈਨੂੰ ਕੀ ਪਤਾ, ਜੇ ਤੂੰ ਪੀ ਕੇ ਦੇਖੇ ਤੈਨੂੰ ਫੇਰ ਹੀ ਪਤਾ ਲੱਗੂ। ਲੈ ਅੱਜ ਤੋਂ ਅੱਧਾ ਗਲਾਸ ਤੂੰ ਵੀ ਪੀ ਕੇ ਦੇਖੀ, ਮੈਨੂੰ ਪਾਣੀ ਲਿਆਣਾ, ਗਲਾਸ ਲਿਆ ਗਿਆ। ਬਾਲੀਆਂ ਨਾ ਗੱਲਾਂ ਹੀ ਕਰਨ ਦੀ ਲੋੜ ਨਹੀਂ, ਤੂੰ ਹੀ ਝੁਲਸਲਾ ਇਹ। ਚੰਗਾ ਤੂੰ ਵੀ ਨਾ ਬਾਲੀਆਂ ਗੱਲਾਂ ਮਰ, ਜਿਹੜਾ ਤੈਨੂੰ ਕੰਮ ਗਿਆ ਉਹ ਕਰ। ਤੂੰ ਗਲਾਸ ਲਿਆ ਕੇ ਦੇ ਮੈਨੂੰ। ਗੱਲਾਂ ਮਾਰਦੀ ਹੈ, ਜੇ ਨਾ ਹੁੰਦੀ ਅੱਜ ਨੂੰ ਮੈਂ ਸਿਵਿਆ ਚ ਵੀ ਹੁੰਦਾ। ਹੜ ਮੱਚਦੀ ਕਿਉਂ ਹੈ, ਇੱਧਰ ਬਹਿ ਜਾ, ਕਿਵੇਂ ਕਰਦੀ ਹੈ? ਤੈਨੂੰ ਪਤਾ ਜੇ ਇਹ ਨਾ ਹੁੰਦੀ ਤਾਂ ਅੱਜ ਨੂੰ ਮੈਂ ਕਿੱਦਾਂ ਦਾ ਸਿਵਿਆਂ ਦੇ ਰਾਹ ਪਿਆ ਹੁੰਦਾ। ਹੁਣ ਵੀ ਸਿਵਿਆਂ ਦੇ ਰਾਹ ਪੈਣ ਵਾਲੇ ਕੰਮ ਕਰੀ ਜਾਂਦਾ, ਜਵਾਨ ਪੁੱਤ ਦੀ ਤਾਂ ਸ਼ਰਮ ਮੰਨ ਲਾ। ਉਹ ਜਵਾਨ ਪੁੱਤ ਕੋਈ ਨੀ, ਉਹ ਆਪਦੇ ਪੈਰਾਂ ਤੇ ਖੜਾ ਹੋ ਗਿਆ ਹੁਣ। ਮੈਨੂੰ ਸ਼ਰਮ ਆਉਂਦੀ ਹੈ ਵੀ ਮੇਰਾ ਪੁੱਤ ਜਵਾਨ ਹੋ ਗਿਆ। ਤੈਨੂੰ ਕਿਹੜਾ ਯਾਦ, ਤੈਨੂੰ ਦੇਖ ਕੇ ਉਹ ਕੋਈ ਲੱਛਣ ਸਿੱਖੂ, ਮਾੜਾ ਮੋਟਾ ਸੰਗ ਮੰਨ ਲਾ ਤੂੰ। ਕੋਈ ਨੀ, ਇਹ ਬੰਦਿਆਂ ਦੇ ਕੰਮ ਹੁੰਦਾ, ਬੰਦਿਆਂ ਵਾਸਤੇ ਬਣੀ ਹੈ ਇਹ। ਨਾਲੇ ਜਦੋਂ ਦੁੱਖ ਦਾ ਹੁੰਦੀ ਆ ਉਦੋਂ ਇਹ ਦਾਰੂ ਭਰਾ ਬਣ ਕੇ ਖੜ ਜਾਂਦੀ ਹੈ। ਅੱਛਾ, ਤੈਨੂੰ ਘਰ ਦੇ ਕੰਮਾਂ ਦੀ ਹੋਰ ਤਾਂ ਤੈਨੂੰ ਫਿਕਰ ਨੀ, ਇਹਦੀ ਤੈਨੂੰ ਫਿਕਰ ਲੱਗ ਜਾਂਦੀ ਹੈ, ਤੜਕੀ ਅੱਗ ਲਾਉਣੀ ਦੀ। ਪੁੱਤ ਨੂੰ ਕੀ ਮੱਤ ਦੇਵੇਂਗਾ? ਮੈਂ ਨਾ ਤੈਨੂੰ ਕਿੰਨੇ ਵਾਰੀ ਕਹਿਦਾ ਵੀ ਮੈਨੂੰ ਤੂੰ ਜੋ ਮਰਜ਼ੀ ਕਹਿ ਲਿਆ ਕਰ, ਪਰ ਮੇਰੀ ਸ਼ਰਾਬ ਬਾਰੇ ਨਾ ਕੁਛ ਕਿਹਾ ਕਰ। ਤੈਨੂੰ ਪਤਾ ਇਹ ਕਹੇ ਮੇਰੀ ਜਾਨ ਹੈ, ਇਹ ਅੱਗ ਲਾਉਣੀ ਇਹ ਜਾਨ ਹੈ ਤੇਰੀ, ਜਿਹੜੀ ਘਰ ਨੂੰ ਬਰਬਾਦ ਕਰਦੀ ਹੈ ਇਹ ਤੇਰੀ ਜਾਨ ਹੋ ਗਈ। ਅਸੀਂ ਜਿਹੜੇ ਦੋ ਜੀ ਆ ਸਾਡਾ ਤੈਨੂੰ ਕੋਈ ਫਿਕਰ ਨਹੀਂ ਹੈਗਾ। ਉਹ ਤੂੰ ਤਾਂ ਉਹੀ ਕਲੇਸ਼ ਕਰਦੀ ਰਹਿਣੀ ਹੈ, ਤੈਨੂੰ ਤਾਂ ਬਸ ਹਰ ਦਮ ਡਾਂਗ ਚੱਕੀ ਰੱਖਦੀ ਹੈ। ਤੈਨੂੰ ਕੀ ਪਤਾ ਇਹਦੇ ਨਾਲ ਮੇਰੀ ਜ਼ਿੰਦਗੀ ਕਿਵੇਂ ਚੱਲਦੀ ਹੈ। ਨਾਲੇ ਆਹ ਨਾ ਤੇਰੀ ਪੀਣੀ ਕਰਕੇ ਸਾਰਾ ਕੰਮ ਫੇਲ ਹੋ ਗਿਆ, ਮੈਂ ਤੈਨੂੰ ਦੱਸਾਂ। ਉਹ ਫੇਲ ਦਾਰੂ ਕਰਕੇ ਨਹੀਂ ਹੋਇਆ, ਇਹ ਸਭ ਤੇਰੇ ਕਰਕੇ ਹੋਇਆ। ਮੈਨੂੰ ਲੱਗਦਾ ਮੈਨੂੰ ਤੇਰੇ ਗੱਤ ਹੁਣ ਡੰਡਾ ਚੱਕਣਾ ਹੀ ਪੈਣਾ। ਦੇਖ ਲਾ, ਬਸ ਹੋਈ ਨਹੀਂ ਹੁਣ, ਕਾਫੀ ਚਿਰ ਹੋ ਗਿਆ। ਜੇ ਕੋਈ ਤੈਨੂੰ ਚੰਗੀ ਗੱਲ ਕਹਿੰਨੇ ਤਾਂ ਤੂੰ ਮੈਨੂੰ ਕੁੱਟਣ ਨੂੰ ਆਉਣਾ ਹੈਗਾ। ਮੈਂ ਕਹਿੰਦਾ ਤੂੰ ਹੁਣ ਵੀ ਮੇਰੀਆਂ ਅੱਖਾਂ ਤੋਂ ਪਰੇ ਹੋ ਜਾ। ਮੈਂ ਬਾਬਾ ਗੁਰੂ, ਮੈਂ ਤਾਂ ਦੂਰ ਹੀ ਹੋ ਜਾਨੀ ਆ। ਹਾਂ ਕੀ ਹਾਲ ਕਰਦਾ ਹੈਗਾ, ਤੂੰ ਛਿੱਤਰ ਖਾ ਲੇਂਗੀ। ਮੈਂ ਤਾਂ ਕਹਿੰਦਾ ਚਲ ਹੁਣ ਕਾਹਨੂੰ ਕਾਹਨੂੰ, ਹੁਣ ਖਾਸਾ ਚਿਰ ਹੋ ਗਿਆ, ਉੱਟਣੀ ਪੈਣੀ ਆ, ਤੂੰ ਐਵੇਂ ਨੀ ਲੋਟ ਆਉਂਦੀ। ਮੇਰੇ ਕਰਕੇ ਫੇਲ ਹੋ ਗਿਆ, ਜੇ ਮੇਰੇ ਕਰਕੇ ਫੇਲ ਹੋ ਗਿਆ ਤਾਂ ਫਿਰ ਹੁੰਦਾ ਰਹੇ। ਮੈਨੂੰ ਤਾਂ ਬਸ ਆਹੀ ਚਾਹੀਦੀ ਹੈ, ਇਹਦੇ ਬਿਨਾਂ ਨੀ ਮੇਰਾ ਕੁਛ ਹੋਣਾ। ਲਾ ਕੇ ਦੇਖਾ ਇਹਨੂੰ ਫੋਨ। ਹੈਲੋ, ਹਾਂ ਰਾਣੀ ਭੈਣੇ, ਸਤਿ ਸ੍ਰੀ ਅਕਾਲ, ਕੀ ਹਾਲ ਨੇ? ਠੀਕ ਆ ਬਸ।
ਕੌਣ ਬਿੱਕਰ? ਨੀ ਭੈਣੇ, ਇਹ ਕਿਸੇ ਸੁਧਰ ਗਿਆ? ਇਹਦਾ ਤਾਂ ਉਹੀ ਹਾਲ ਹੈਗਾ, ਸੁਧਰਨਾ ਕੀ ਤਾਂ ਵੱਧ ਗਿਆ ਅੱਗੇ ਨਾਲੋਂ। ਮੈਂ ਹੁਣ ਆਈ ਸੀਗੀ, ਡਿੱਗਦਾ ਢਹਿੰਦਾ ਆਉਂਦਾ ਸੀ, ਬੋਤਲ ਹੱਥ 'ਚ, ਹੈਂ ਲਿਬੜਿਆ ਤਿਬੜਿਆ, ਇਹਨੂੰ ਭੋਰਾ ਸ਼ਰਮ ਨਹੀਂ ਦੇਖ ਲਾ, ਕੰਨਾਂ 'ਚ ਵੱਜਦਾ ਆਉਂਦਾ ਸੀਗਾ। ਕਿੱਥੇ? ਹਰ ਰੋਜ਼ ਕੁੱਟ ਕਟਹਿਰਾ, ਉਹ ਦੇਖ ਲਾ, ਸਾਰੀ ਉਮਰ ਉਹਦੀ ਘਰ ਦੀ ਲੰਘੀ ਕੁੱਟ ਖਾਂਦੀ ਦੀ, ਹੈਨਾ। ਜਵਾਕ ਕਿਵੇਂ ਬਿਰ ਬਿਰ ਕਰਦੇ ਹੁੰਦੇ ਸੀ, ਕਦੇ ਕਿਸੇ ਦੇ ਘਰੇ ਰਾਤਾਂ ਕੱਟਣੀਆਂ, ਕਦੇ ਕਿਸੇ ਦੇ ਘਰੇ। ਮੁੰਡੇ ਹੀ ਆ, ਮੁੰਡੇ ਦੀ ਗੱਲ ਕਰਦੀ ਆ ਹੁਣ ਮੈਂ, ਵੀ ਮੁੰਡਾ ਸ਼ਰੀਫ ਕਿੰਨਾ ਦੇਖ ਲਾ, ਉਹਦੇ ਮੂੰਹ ਚ ਬੋਲ ਨੀ ਹੈਗਾ ਗਾ। ਉਹਨੇ ਬੇਚਾਰੇ ਨੇ ਔਖੇ ਸੌਖੇ ਨੇ, ਕਦੇ ਆਪਦੀ ਮਾਂ ਨਾਲ ਕੰਮ ਕਰਤੇ ਵਗ ਜਾਂਦਾ, ਵੀ ਕਰ ਲਈ ਦਸਵੀਂ ਤਾਂ, ਹੈ ਹੁਣ ਪਲੱਸ ਟੂ ਲੱਗਿਆ ਕਾਲਜ, ਉਹ ਸਿਆਪਾ ਪਾ ਕੇ ਬਹਿ ਜਾਂਦਾ ਉਹਦੇ ਬਾਰੀ। ਉਹ ਤਾਂ ਮੁੰਡਾ ਹੀ ਚੰਗਾ ਜਿਹੜਾ ਬੋਲਦਾ ਨੀ। ਕੋਈ ਹੋਰ ਹੋਵੇ ਗੱਲ ਚ ਹੱਥ ਪਾ ਲੇ, ਨਾਲੇ ਤੈਨੂੰ ਵੀ ਪਤਾ ਭੈਣੇ ਜਮਾਨਾ ਕਿਹੋ ਜਿਹਾ ਗਾ। ਆਪਦੇ ਘਰਦੇ ਨੂੰ ਕਿੱਥੇ ਅੜੀਏ, ਹੁਣ ਮੁੰਡਾ ਜਵਾਨ ਹੈਗਾ, ਹੈਨਾ, ਉਹ ਵਿਚਾਰੀ ਟਲਦੀ ਰਹਿੰਦੀ ਹੈ ਵੀ ਕਾਹਨੂੰ ਪੁੱਤ ਕਾਹਨੂੰ ਪੁੱਤ, ਵੀ ਨਾ ਮੁੰਡੇ ਨੂੰ ਹੁਣ ਗੁੱਸਾ ਤਾਂ ਆਉਂਦਾ ਹੀ ਹੈ ਬਥੇਰਾ, ਵੀ ਮੇਰੀ ਮਾਂ ਨੂੰ ਨਾਲੇ ਇੰਨਾ ਗਲਤ ਆਵਾ ਤਾਵਾ ਬੋਲਦਾ, ਨਾ ਘਰੇ ਕੁਛ ਲਿਆ ਕੇ ਦਿੱਤਾ ਅੱਜ ਤੱਕ ਇਹਨੇ, ਹੈਨਾ, ਵੀ ਮੇਰੀ ਮਾਂ ਤੇ ਰੋਹਬ ਕਾਹਦਾ, ਵੀ ਮੇਰੀ ਮਾਂ ਨੇ ਤਾਂ ਸਾਨੂੰ ਫਿਰ ਵੀ ਪਾਲਤਾ। ਉਹ ਤਾਂ ਭੈਣੇ ਮੇਰੀ ਗੱਲ ਸੁਣ, ਹੈ ਜਿੱਥੇ ਕਿਤੇ ਦੇ, ਜੇ ਇਹਨੂੰ ਕੋਈ ਇਹ ਕਹਿ ਦੂਗਾ ਨਾ ਵਿਕਰ ਨੂੰ, ਵੀ ਤੂੰ ਸਾਡੇ ਦਿਹਾੜੀ ਆ ਜਾ, ਅਸੀਂ ਤੈਨੂੰ ਦਾਰੂ ਦੀ ਬੋਤਲ ਦੇ ਦਾਂਗੇ, ਤਾਂ ਇਹ ਤਾਂ ਨਾ ਭਾਂਡੇ ਮਾਂਜ ਕੇ ਵੀ ਦਾਰੂ ਪੀਊ ਅਗਲੇ ਦੇ, ਇਹ ਜਿਹਾ ਹਾਲ ਹੋ ਰਿਹਾ ਇਹਦਾ। ਮੁੰਡੇ ਨੂੰ ਇਹ ਆ ਵੀ ਮੈਂ ਕੁਛ ਪੜ੍ਹ ਲਾ, ਕੁਛ ਲੱਗ ਜਾ, ਉਹ ਆਪਦੀ ਮਾਂ ਬਾਰੇ ਸੋਚਦਾ। ਘਰ ਦੇ ਹਾਲਾਤ ਹੁਣ ਉਹਨੇ ਦੇਖੇ ਆ, ਜਦੋਂ ਪਿਓ ਘਰੋਂ ਕੁੱਟ ਕੇ ਕੱਢ ਦਿੰਦਾ ਸੀ, ਮਾਂ ਵਿਚਾਰੀ ਲੋਕਾਂ ਦੇ ਕੋਲਿਆਂ ਨਾਲ ਰਾਤਾਂ ਕੱਟਦੀ ਹੁੰਦੀ ਸੀਗੀ ਬਹਿ ਕੇ। ਹਾਂ ਇਹ ਤਾਂ ਗੱਲ ਹੈਗੀ ਹੈ ਭੈਣੇ, ਚੱਲ ਕੋਈ ਨਾ ਮਾਰ ਜੀ ਗੇੜਾ, ਕੋਈ ਗੱਲ ਨੀ। ਹਾਂ ਨਾਲੇ ਇੱਧਰ ਹਾ ਦਾ ਨਾਰਾ ਜਿਹਾ ਮਾਰਿਆ ਆਵਾਂਗੇ, ਰਾਤ ਬਥੇਰਾ ਕਲੇਸ਼ ਕਰਿਆ ਉਹਨੇ, ਮੁੰਡੇ ਨੂੰ ਵੀ ਘਰੋਂ ਪੜ੍ਹਤਾ ਸੀ, ਕਹਿੰਦਾ ਪੜ੍ਹਨ ਦਿੰਦਾ ਤੈਨੂੰ ਮੈਂ ਕਾਲਜ। ਆ ਜੀ ਕੋਈ ਨਾ, ਚੰਗਾ ਓਕੇ। ਮਾਂ ਮਾਂ ਮੈਨੂੰ ਬਹੁਤ ਭੁੱਖ ਲੱਗੀ ਆ, ਤੇ ਰੋਟੀ ਬਣਾ ਦੇ। ਕੋਈ ਨਾ ਪੁੱਤ ਬੈਠ, ਮੈਂ ਹੁਣੇ ਬਣਾ ਕੇ ਦਿੰਨੀ ਆ ਮੇਰੇ ਪੁੱਤ ਵਾਸਤੇ ਪਰੌਂਠੇ। ਆ ਭੁੱਖ ਲੱਗੀ ਆ ਇਹਨੂੰ ਜਿਆਦੇ, ਇਹ ਹਲ ਜੋੜ ਕੇ ਆਇਆ, ਖਵਾ ਦੇ ਇਹਨੂੰ ਰੋਟੀਆਂ, ਕਹਾ ਹਲ ਵਾ ਗਿਆ ਹੈ ਨਾ। ਮਾਂ ਤੂੰ ਐ ਕਰ, ਅੰਦਰ ਹੀ ਲਿਆ ਰੋਟੀ। ਚੱਲ ਪੁੱਤ ਆਹੋ, ਖਵਾ ਦੇ ਰੋਟੀ ਇਹਨੂੰ, ਕਹਾ ਹਲ ਵਾ ਗਿਆ ਹੈ ਨਾ ਰੋਟੀ ਖਵਾਉਣ ਨੂੰ, ਜ਼ਿਆਦੇ ਭੁੱਖ ਲੱਗੀ ਹੈ ਇਹਨੂੰ। ਚੱਲ ਪੁੱਤ 10 ਮਿੰਟ ਨਾ ਤੂੰ ਆਰਾਮ ਕਰ ਲਾ, ਸਬਜ਼ੀ ਧਰੀ ਪਈ ਹੈ, ਮੈਂ ਗਰਮ ਗਰਮ ਖਵਾਉਂਗੀ ਤੈਨੂੰ ਮੈਂ ਰੋਟੀ। ਦੇਖ ਲਾ ਮਾਂ, ਹਰ ਬੱਚੇ ਦਾ ਬਚਪਨ ਨਾ ਖੁਸ਼ੀਆਂ ਭਰਿਆ ਨਿਕਲਦਾ, ਪਰ ਮੇਰਾ ਬਚਪਨ ਉਹ ਸੁਪਾਲ, ਉਹ ਪਾਗਮਾਨੇ, ਉਹ ਗੜਬੀ ਪਾਣੀ ਦੀ ਲਿਆ ਗਲਾਸ ਲਿਆ। ਝੁਲਸਣੇ ਨੂੰ
ਉਥੋਂ ਪਾਣੀ ਲਿਆ ਤੜਕੇ ਝੋਸਣ ਮੈਥੋਂ ਨਹੀਂ ਦਿੱਤੇ ਜਾਂਦੇ ਤੈਨੂੰ ਗਲਾਸ ਕਿਉਂ ਨਹੀਂ ਗਲਾਸ ਦਿੱਤਾ ਜਾਂਦਾ ਹੁਣ ਚੜਦੀ ਕੀ ਤੂੰ ਪਾਣੀ ਵੀ ਨਹੀਂ ਫਿਰਾ ਸਕਦੀ ਚੰਨ ਦੇਖ ਤੇਰਾ ਪਾਪਾ ਤੇਰੀ ਮੰਮਾ ਨੂੰ ਕੁੱਟੀ ਜਾਂਦਾ ਦਾਰੂ ਪੀ ਕੇ ਮੈਂ ਤਾਂ ਜਾਣੀ ਹਾਂ ਪਾਪਾ ਨਾ ਗੁੱਟ ਉਹ ਤੂੰ ਜਾ ਓਏ ਚੱਲ ਮੰਮਾ ਪਾਪਾ ਕਿਉਂ ਗੁੱਟਦਾ ਪਿਆ ਸੀ ਨਹੀਂ ਪੁੱਤ ਤੇਰਾ ਪਾਪਾ ਕੁੱਟਦਾ ਨਹੀਂ ਸੀ ਉਹ ਤਾਂ ਊਂ ਕਰਦਾ ਸੀ ਚੌੜ ਕਰਦਾ ਸੀ ਕੁਛ ਨਹੀਂ ਗੱਲ ਠੀਕ ਹੈ ਹਾਂ ਪੁੱਤ ਦੁੱਖ ਤੇ ਰੋਣ ਨਾਲ ਹੀ ਨਿਕਲ ਗਿਆ ਪਰ ਤੂੰ ਦੇਖ ਕਿੰਨੀ ਸ਼ਾਂਤ ਸੁਭਾਅ ਦੀ ਤੇ ਬਾਪੂ ਫਿਰ ਨਾ ਕੱਬਾ ਜਦੋਂ ਨਾ ਬਾਪੂ ਸ਼ਰਾਬ ਪੀ ਕੇ ਆਉਂਦਾ ਨਾ ਤੈਨੂੰ ਕੁੱਟਮਾਰ ਕਰਦਾ ਮੈਨੂੰ ਬਹੁਤ ਦੁੱਖ ਲੱਗਦਾ ਬਚਪਨ ਦੀਆਂ ਨਾ ਉਹ ਦਿਨ ਉਹ ਰਾਤਾਂ ਹੁਣ ਸੁਪਨਿਆਂ 'ਚ ਆ ਕੇ ਡਰਾਉਂਦੀਆਂ ਦੇਖ ਲੈ ਬਾਪੂ ਦੇ ਡਰ ਤੋਂ ਨਾ ਮੈਂ ਬੱਚਿਆਂ ਨਾਲ ਖੇਡਣ ਵੀ ਨਹੀਂ ਜਾਂਦਾ ਸੀ ਮੇਰਾ ਬਚਪਨ ਤਰ੍ਹਾਂ ਬਹੁਤ ਭੈੜਾ ਬੀਤਿਆ ਪਰ ਤੈਨੂੰ ਕਿੰਨਾ ਕੁੱਟਦਾ ਮੈਨੂੰ ਤਾਂ ਐਂ ਸੀ ਮੇਰੀ ਸਕੂਲ ਦੀ ਪੜ੍ਹਾਈ ਖਤਮ ਹੋ ਗਈ ਅਤੇ ਕਾਲਜ 'ਚ ਜਵਾਨੀ ਵੇਲੇ ਮੇਰਾ ਪਿਓ ਸੁਧਰ ਜੂਗਾ ਕੋਈ ਨਾ ਪੁੱਤ ਸੁਧਰ ਜੂਗਾ ਕੋਈ ਟਾਈਮ ਹੁੰਦਾ ਐਵੇਂ ਨਾ ਤੂੰ ਟੈਨਸ਼ਨ ਲਿਆ ਕਰ ਪੁੱਤ ਮੈਨੂੰ ਤਾਂ ਪਤਾ ਮੈਂ ਕਿਵੇਂ ਦਿਨ ਕੱਢਦੀ ਹਾਂ ਕਿਵੇਂ ਇਹਦੇ ਨਾਲ ਦਿਨ ਕੱਟਦੀ ਹਾਂ ਮੇਰਾ ਬਸ ਪੁੱਤ ਆਪਦਾ ਮੂੰਹ ਬੰਦ ਰੱਖਦੀ ਜੇ ਬੋਲਦੀ ਹਾਂ ਤੈਨੂੰ ਵੀ ਪਤਾ ਪੁੱਤ ਫਿਰ ਕੁੱਟਮਾਰ ਕਰਨ ਲੱਗ ਜਾਂਦਾ ਡਰ ਡਰ ਕੇ ਟਾਈਮ ਕੱਢਦੀ ਹਾਂ ਮੈਂ ਇਹਦੀ ਪੀਣੀ ਐਡੀ ਮਾੜੀ ਹੈ ਜੇ ਇਹਨੂੰ ਟੋਕਾਂਗੇ ਨਾ ਫਿਰ ਉਲਟਾ ਕੁੱਟਮਾਰ ਕਰਦਾ ਹੈਗਾ ਪੁੱਤ ਕੀ ਕਰੀਏ ਕਦੇ ਤੱਕ ਟਾਈਮ ਚੰਗਾ ਆਊਗਾ ਹੀ ਆਪਣਾ ਉਹ ਵਾਹਿਗੁਰੂ 'ਤੇ ਭਰੋਸਾ ਰੱਖ ਮਾਂ ਮੈਨੂੰ ਤਾਂ ਐਂ ਸੀ ਜਦੋਂ ਮੈਂ ਜਵਾਨ ਹੋ ਜੂੰਗਾ ਮੇਰਾ ਪਿਓ ਸੁਧਰ ਜੂਗਾ ਪਰ ਵਿਗੜੇ ਹੋਏ ਬੰਦੇ ਕਹਿੰਦੇ ਸੁਧਰਦੇ ਨਹੀਂ ਹੁੰਦੇ ਅੱਜ ਤੱਕ ਵੀ ਨਹੀਂ ਸੁਧਰਦਾ ਦੇਖ ਲੈ ਵੀ ਮੁੰਡਾ ਤਾਂ ਜਵਾਨ ਹੋ ਗਿਆ ਮਾੜੀ ਮੋਟੀ ਉਹਦੀ ਸ਼ਰਮ ਕਰਾਂ ਹੁਣ ਤਾਂ ਦਿਨੇ ਵੀ ਪੀਣ ਲੱਗ ਗਿਆ ਪਹਿਲਾਂ ਤਾਂ ਰਾਤ ਨੂੰ ਪੀਂਦਾ ਸੀ ਪੁੱਤ ਆਹੀ ਤਾਂ ਦੁੱਖ ਮਾਰਦਾ ਜੇ ਕਿਹਾ ਵੀ ਹੁਣ ਤਾਂ ਪੁੱਤ ਜਵਾਨ ਹੋ ਗਿਆ ਮਾੜੀ ਮੋਟੀ ਸ਼ਰਮ ਕਰਿਆ ਕਰ ਤਾਂ ਮੈਨੂੰ ਅੱਜ ਵੀ ਕੁੱਟਣ ਨੂੰ ਆਇਆ ਗਾ ਤੇਰੇ ਮੈਂ ਜੁੱਤੀ ਫੇਰੂੰ ਤੇਰੇ ਹੁਣ ਲੱਗਦਾ ਬਾਹਲਾ ਟਾਈਮ ਹੋ ਗਿਆ ਡੰਡਾ ਨਹੀਂ ਫੇਰਿਆ ਮੈਨੂੰ ਪੁੱਤ ਤੇਰੇ ਗਏ ਮਗਰੋਂ ਸੌ ਕੁਛ ਬੋਲਦਾ ਮੈਂ ਤਾਂ ਅੱਕ ਗਈ ਆਹ ਦਿਨ ਦੇਖਦੀ ਹੈਗੀ ਜਦੋਂ ਸੁਬਹਾ ਸ਼ਾਮ ਬੋਤਲ ਤਾਂ ਇਹਦੇ ਕੋਲ ਹੀ ਹੁੰਦੀ ਹੈ ਕੋਈ ਰੋਟੀ ਪਾਣੀ ਦਾ ਕੋਈ ਸਬਜ਼ੀ ਦਾ ਇਹਨੂੰ ਕਿਸੇ ਗੱਲ ਦਾ ਨਹੀਂ ਫਿਕਰ ਜੇ ਇਹਨੂੰ ਘਰ ਦਾ ਮਾੜਾ ਮੋਟਾ ਫਿਕਰ ਹੋਵੇ ਤਾਂ ਗੱਲਾਂ ਹੀ ਕਾਹਦੀਆਂ ਪੁੱਤ ਮੈਂ ਤਾਂ ਇਹ ਦਿਨ ਦੇਖ ਦੇਖ ਕੇ ਅੱਕੀ ਪਈ ਹਾਂ ਹੁਣ ਤਾਂ ਪੁੱਤ ਮੈਨੂੰ ਤੇਰੇ ਤੋਂ ਹੀ ਆਸ ਹੈ ਦੇਖ ਲਵਾਂ ਆਪਾਂ ਕੋਲ ਕਿੰਨਾ ਪੈਸਾ ਹੁੰਦਾ ਸੀ ਕਿੰਨਾ ਕਾਰੋਬਾਰ ਵਧੀਆ ਸੀ ਸਾਰਾ ਠੱਪ ਹੋ ਗਿਆ ਇਹ ਕਿਹਦੀ ਦਾਰੂ ਕਰਕੇ ਇਹਨੇ ਪੀਣੀ 'ਚ ਹੀ ਰੋੜਤਾ ਕੀ ਕਰੀਏ ਟੋਕਦੇ ਹਾਂ ਆਪਾਂ ਬੁਰੇ ਲੱਗਦੇ ਹਾਂ ਇਹਨੂੰ ਹਾਂ ਚੱਲ ਕੋਈ ਨਾ ਮਾਂ ਵਾਹਿਗੁਰੂ 'ਤੇ ਬਸ ਪੁੱਤ ਉਸੇ 'ਤੇ ਭਰੋਸਾ ਹੈਗਾ ਪੁੱਤ ਇਹਨੂੰ ਇਹਦਾ ਸੁਧਾਰ ਹੋ ਜੇ ਕੋਈ ਹਾਂ ਚੱਲ ਮਾਂ ਮੈਨੂੰ ਬਹੁਤ ਭੁੱਖ ਲੱਗੀ ਪਈ ਹੈ ਚੰਗਾ ਰੋਟੀ ਲਿਆ ਚੱਲ ਮੈਂ ਰੋਟੀ ਲਿਆਉਣੀ ਪੁੱਤ ਤੇਰੇ ਵਾਸਤੇ ਦਿਨ ਵੀ ਪੀਣ ਲੱਗ ਗਿਆ ਕੁੱਟਮਾਰ ਤਾਂ ਕਰਦਾ ਹੀ ਰਹਿੰਦਾ ਬੁਰਾ ਹਾਲ ਹੈ ਕੀ ਬਣੂ ਉਹਦਾ ਬਹਾਨਾ ਕੀ ਹੈ ਪਰਮਾਤਮਾ ਨੂੰ ਪਤਾ ਕੀ ਬਹਾਨਾ ਮੈਂ ਤਾਂ ਉਹਦਾ ਸੌਣ ਵੱਗ ਗਿਆ ਕਹਿ ਰਿਹਾ
ਉਹ ਭਗਵਾਨ ਉਹ ਰੋਟੀ ਬਣ ਗਈ ਕਿ ਨਹੀਂ? ਬਣੀ ਨੀ, ਰੋਟੀ ਬਣਾ ਦਿੰਨੀ ਆ। ਬਣਾ ਦਿੰਨੀ ਆ? ਉਹ ਕਦੇ ਟਾਈਮ ਤੇ ਵੀ ਰੋਟੀ ਬਣਾ ਦਿਆ ਗਾ? ਤੈਨੂੰ ਪਤਾ ਕਿੰਨੀ ਭੁੱਖ ਲੱਗੀ ਪਈ ਏ। ਕੋਈ ਨੀ, ਬਣਾ ਦੂੰਗੀ ਅੱਗੇ, ਕਿਹੜਾ ਤੂੰ ਰੋਟੀਆਂ ਵੀ ਨਹੀਂ ਜਾਣਾ ਗਾ? ਲਿਆ ਫਿਰ ਛੇਤੀ ਕਰ, ਹੁਣ ਮੇਰੀ ਗੱਲ ਸੁਣ, ਬਹਿ ਕੇ ਗੱਲ ਸੁਣ ਲਿਆ ਕਰ ਪਹਿਲਾਂ। ਸੁਣਾ ਪਹਿਲਾਂ ਗੱਲ ਸੁਣਾ, ਲਾ ਕੇ ਪੈਗ। ਤੈਨੂੰ ਤਾਂ ਗੱਲਾਂ ਸੁਣਾਉਂਦੀ ਏ, ਉਹ ਮੈਨੂੰ ਭੁੱਖ ਲੱਗੀ ਪਈ ਏ। ਓਹੋ, ਬਣ ਜੂ ਸਾਰਾ ਕੁਛ, ਕਾਹਦੀ ਅੱਜ ਵੀ ਚੱਕੀ ਹੈਗੀ ਤੂੰ? ਮੈਂ ਤਾਂ ਤੈਨੂੰ ਐਂ ਕਹਿੰਦੀ ਸੀ, ਨਾਲ ਤਾਂ ਰਾਸ਼ਨ ਮੁੱਕਿਆ ਪਿਆ ਗਾ ਤੇ ਨਾਲੇ ਚੰਨੀ ਦੀ ਫੀਸ ਭਰਨੀ ਪਈ ਹੈਗੀ, ਤੇ ਉਹ ਰੋਂਦਾ ਮੇਰੇ ਕੋਲ ਜਵਾਕ। ਉਹ ਚੰਨੀ ਦੀ ਫੀਸ ਵੀ ਭਰ ਦਿਆਂਗੇ, ਇੱਕ ਅੱਧਾ ਦਿਨ ਖੜ ਜਾਣਗੇ ਤਾਂ ਕਿ ਉਹਨਾਂ ਨੂੰ ਫਾਹਾ ਆਉਂਦਾ ਮਾਸਟਰਾਂ ਨੂੰ, ਤੇ ਗੱਲ ਨਹੀਂ ਜਾਂਦਾ ਜਵਾਕ। ਉਹ ਜਵਾਕ ਤੂੰ ਮੈਨੂੰ ਲੱਗਦਾ ਮੈਨੂੰ ਗੁੱਸਾ ਨਾ ਚੜਾ ਦੀ, ਹੁਣ ਖਾਸਾ ਦਿਨ ਹੋ ਗਏ ਤੇਰੇ ਤੇ ਖੜਕੈਤੀ ਹੋਈ ਨੀ, ਤੂੰ ਟਾਈਮ ਨਾਲ ਰੋਟੀ ਫੜਾਉਂਦੀ ਨੀ ਮੈਨੂੰ। ਮੈਨੂੰ ਤਾਂ ਗੁੱਸਾ ਆ ਹੀ ਜਾਂਦਾ, ਅਸੀਂ ਕਿੱਧਰ ਜਾਈਏ, ਅਸੀਂ ਕਿਹਨੂੰ ਕਹੀਏ, ਤੈਨੂੰ ਤਾਂ ਗੁੱਸਾ ਆ ਜਾਂਦਾ ਹੈਗਾ। ਤੂੰ ਹੁਣ ਹੋਰ ਮੈਨੂੰ ਕ੍ਰੋਧ ਨਾ ਚੜਾ, ਚੁੱਪ ਕਰਕੇ ਰੋਟੀ ਫੜਾਉਣੀ ਆ ਫੜਾ ਦੇ, ਨਹੀਂ ਮੈਥੋਂ ਮੈਨੂੰ ਲੱਗਦਾ ਤੈਨੂੰ ਜੁੱਤੀ ਨਾਲ ਆਉਣੀ ਪਈ। ਰੱਬਾ, ਮੈਂ ਕਹਿੰਦੀ ਰਾਸ਼ਨ ਲਿਆਉਣ ਵਾਲਾ ਗਾ, ਤੈਨੂੰ ਸਬਜ਼ੀ ਸੁਬਜ਼ੀ ਜਾਂ ਦੁਪਹਿਰੇ ਆ ਕੇ ਖਾ ਲਈ, ਹੁਣ ਨੀ ਮੇਰੇ ਕੋਲ ਕੱਲੀਆਂ ਰੋਟੀਆਂ ਨੇ, ਗੰਢੇ ਚਾਰ ਗੰਢੇ ਨਾਲ ਵੱਧ ਦਿੰਦੀ। ਅੱਛਾ, ਮੈਂ ਰੋਟੀ ਦੁਪਹਿਰੇ ਆ ਕੇ ਖਾ ਲਈ? ਨਹੀਂ ਪਤਾ ਗਾ, ਆ ਲੈ ਜੁੱਤੀ ਜੀ ਨਾ ਮੈਨੂੰ ਦਿਖਾਇਆ ਕਰ, ਰੋਜ਼ ਹੀ ਲੱਗ ਜਾਂਦਾ ਗਾ। ਜੁੱਤੀ ਤੈਨੂੰ ਮੈਂ ਕਹਿੰਦਾ ਵੀ ਤੂੰ ਇੱਜ਼ਤ ਨਾਲ ਫਿਰ ਰੋਟੀ ਫੜਾ ਦੇ, ਫੜਾਉਣੀ ਤਾਂ ਇਹ ਰਾਸ਼ਨ ਭਰਨ ਕੀ ਲੱਗ ਜਾਂਦਾ ਗਾ ਬੋਲਣ। ਮੈਂ ਕਹਿੰਦਾ ਕਾਹਨੂੰ ਕਾਹਨੂੰ ਕਾਹਨੂੰ, ਕਿੰਨੇ ਕਹਿ ਰਹੇ ਇਹਨੂੰ, ਗੱਲ ਸੁਣ ਲੈ ਮੇਰੀ, ਤੂੰ ਇਹ ਵਿੱਚ ਚੰਗੜੇ ਝੇੜੇ ਨਾ ਪਾਇਆ ਕਰ, ਜਿਹੜੇ ਰੋਟੀ ਦਾ ਟਾਈਮ ਹੈ ਰੋਟੀ ਦੀ ਗੱਲ ਕਰ ਤੂੰ। ਨਾ ਮੈਂ ਹੋਰ ਕਿਹਨੂੰ ਕਹਾ, ਝੰਜਰ ਝੇੜੇ ਬੋਲਦਾ ਗਾ, ਹੋਰ ਕਿਹਨੂੰ ਕਹਾ, ਮੈਂ ਰਾਸ਼ਨ ਨੂੰ ਗਵਾਂਢੀ ਦੇ ਕੇ ਜਾਣਗੇ। ਉਹ ਪਹਿਲਾਂ ਮੇਰਾ ਢਿੱਡ ਤਾਂ ਭਰ ਦੇ, ਰੋਟੀ ਦਾ ਖਵਾ ਦੇ, ਫੀਸ ਵੀ ਦੇ ਦਿਆਂਗੇ, ਤੇਰਾ ਵੀ ਝੁਲਸ ਮੰਡੂਗਾ ਕਰ ਦੂੰ। ਅੱਗੇ ਕੌਣ ਲਿਆ ਕੇ ਦਿੰਦਾ ਸਮਾਨ? ਮੈਂ ਹੀ ਲਿਆ ਕੇ ਦਿੰਦਾ ਤੈਨੂੰ। ਅਤੇ ਦਾਰੂ ਤਾਂ ਲੋਟ ਨਹੀਂ ਆਉਂਦੀ ਜੀ? ਦਾਰੂ ਨੀ ਲੋਟ ਆਉਂਦੀ, ਮੈਂ ਤਾਂ ਕਿੰਨੀ ਦਾਰੂ ਪੀਨਾ, ਪਰ ਫੇਰ ਵੀ ਰੋਟੀ ਤਾਂ ਖਾਣੀ ਹੈ ਘਰੇ, ਰੋਸ ਆਟਾ ਪਾਣੀ ਤਾਂ ਹੁੰਦਾ ਹੀ ਹੈ। ਉਹ ਪਤਾ ਹੀ ਹੈ ਤੇਰਾ ਆਟਾ ਪਾਣੀ, ਕਹਿ ਕਹਿ ਕੇ ਤੈਨੂੰ ਗੱਲਾਂ ਕਹਿ ਮੰਗਾਉਣੀਆਂ ਪੈਂਦੀਆਂ ਚੀਜ਼ਾਂ। ਜਵਾਕ ਮੇਰਾ ਰੋਂਦਾ ਗਾ, ਮੈਂ ਕੀ ਕਰਾਂ? ਹੁਣ ਮੈਨੂੰ ਲੱਗਦਾ ਤੂੰ ਮੈਥੋਂ ਕੁੱਟ ਖਾਏਗੀ, ਤੂੰ ਚੁੱਪ ਕਰਕੇ ਰੋਟੀ ਬਣਾਉਣੀ ਹੈ ਕਿ ਨਹੀਂ? ਜੱਬਾ ਜਾਪਦਾ, ਮੈਥੋਂ ਨੀ ਬਣਾਇਆ ਜਾਂਦਾ। ਅੱਛਾ, ਬਣਾਇਆ ਜਾਂਦਾ ਤੁਛੋਂ, ਹੋਰ ਤੂੰ ਕੀ ਭਾਲ ਦਿਆ ਫਿਰ ਮੈਥੋਂ? ਤੈਨੂੰ ਇਹੀ ਤਾਂ ਕੰਮ ਭਾਲ ਜੀ ਤੂੰ। ਕਿਉਂ ਬਾਈ, ਕਿਉਂ ਕੁੱਟੀ ਇਹਨਾਂ ਦਾ? ਕਿਹੜੇ ਵੇਲੇ ਹੋ ਗਏ, ਮੈਂ ਰੋਟੀ ਰੋਟੀ ਨੂੰ ਕਹੀ ਜਾਂਦਾ। ਕੋਈ ਨੀ, ਕਿੱਡੀ ਕਰ ਰੋਟੀ ਦੀ, ਮਾਂ ਨੇ ਥੋੜੀ ਆ। ਉਹ ਗੱਲ ਤਾਂ ਰੋਟੀ ਦੀ ਕਰਦੇ, ਆਪ ਮੁੰਡੇ ਦੀ ਫੀਸ ਭਰਨੀ ਹੈ, ਉਹ ਮੁੱਕਿਆ ਪੇ, ਉਹ ਮੁੱਕਿਆ ਪੇ, ਵੀ ਤੈਨੂੰ ਜ਼ਿਆਦਾ ਫਿਕਰ ਹੈ। ਉਹ ਕੁੱਟਣ ਨਾਲ ਥੋੜੀ ਫੀਸ ਭਰੀ ਜਾਊਗੀ, ਕੁੱਟਣ ਨਾਲ ਤਾਂ ਕੋਈ ਹੱਲ ਨਹੀਂ ਹੁੰਦਾ, ਇਹ ਤਾਂ ਤੈਨੂੰ ਵੀ ਪਤਾ ਬਾਈ, ਫੀਸ ਤਾਂ ਭਰੇ ਤੋਂ ਭਰੀ ਜਾਊਗੀ। ਉਹ ਕੋਈ ਨੀ ਬਾਈ, ਫੀਸ ਵੀ ਭਰਾਂਗੇ, ਉਹ ਤਾਂ ਸਾਨੂੰ ਫਿਕਰ ਹੈ, ਨਾਲੇ ਇਹ ਗੱਲਾਂ ਇਹ ਹੱਥ ਨਹੀਂ ਵੀ ਕਹਿ ਸਕਦੀ ਹੈ, ਹੁਣ ਮੈਂ ਕੰਮ ਤੇ ਜਾਣਾ ਸੀ ਮਾੜਾ ਮੋਟਾ, ਰੋਟੀ ਖਾ ਕੇ ਜਾਣਾ ਸੀ। ਨਾਲੇ ਬਾਈ ਆਥਣ ਕਿਹਨੇ ਦੇਖਿਆ, ਇਹ ਤਾਂ ਦਿਨ ਰਾਤ ਡੱਕਿਆ ਹੀ ਰਹਿੰਦਾ ਹੈਗਾ, ਜਦੋਂ ਆਉਂਦਾ ਆਥਣੇ ਡੱਕਿਆ ਆਉਂਦਾ ਹੈਗਾ, ਸੋਫੀ ਤਾਂ ਕਿਸੇ ਵੇਲੇ ਹੁੰਦਾ ਹੀ ਨੀ। ਚੱਲ ਬਹਿਜਾ ਬਹਿਜਾ, ਹੁਣ ਸਰੀਕਾ ਮੂਹਰੇ ਵੀ ਤੂੰ ਮੇਰੀ ਦਾਰੂ ਬਾਰੇ ਗੱਲਾਂ ਕਰਨ ਲੱਗ ਗਈ ਜਦੋਂ ਬੋਲਦੇ ਆ। ਦੇਖ ਲੈ, ਹੁਣ ਵੀ ਤੇਰੀ ਪੀਤੀ ਵੀ ਆ, ਤੈਨੂੰ ਹੁਣ ਮੈਂ ਕੀ ਕਹਾਂ, ਤੂੰ ਵੱਡਾਂਗਾ। ਉਹ ਯਾਰ ਤੂੰ ਕੀ ਕਹੇਗਾ, ਜਾਂ ਤੂੰ, ਮੈਨੂੰ ਲੱਗਦਾ ਤੂੰ ਸਾਡੇ ਘਰੋਂ ਜਾ, ਜਿੱਥੇ ਸੁਡਾਉਣ ਆਇਆ ਸੀ, ਠੀਕ ਹੈ ਧੰਨਵਾਦ ਤੇਰਾ, ਤੂੰ ਸਾਡੇ ਘਰੋਂ ਜਾ, ਸਾਡੇ ਘਰ ਦੀ ਕਬੀਲਦਾਰੀ ਤਾਂ ਤੈਨੂੰ ਕੀ ਯਾਰ, ਦਾਰੂ ਮੈਂ ਪੀਤੀ ਆ, ਮੈਂ ਤੈਥੋਂ ਮੰਗ ਕੇ ਪੀਤੀ ਹੈ। ਮੰਗਣ ਨਹੀਂ ਕਹਿੰਦਾ, ਮੈਂ ਮੰਗ ਕੇ ਪੀਂਦਾ, ਮੈਂ ਤਾਂ ਮੰਗ ਕੇ ਨਹੀਂ ਪੀਂਦਾ, ਮੇਰਾ ਕਹਿਣ ਦਾ ਮਜ਼ਾ, ਹਰ ਇੱਕ ਚੀਜ਼ ਦਾ ਕੋਈ ਹੱਲ ਹੁੰਦਾ, ਕੁੱਟੇ ਤੋਂ ਹੱਲ ਨਹੀਂ ਹੁੰਦਾ ਹੁੰਦਾ, ਜੇ ਕੋਈ ਕੁੱਟੇ ਤੋਂ ਹੱਲ ਹੁੰਦਾ ਤਾਂ ਕਰ ਲਾ, ਕੱਲ੍ਹ ਸਿਰ 'ਚ ਡੰਗ ਵੱਜੂ ਕਿ ਮਰਜੂ ਜਾ ਕੇ ਜੇਲ੍ਹ 'ਚ ਬੈਠਾ ਰਹੇਗਾ। ਗੱਲ ਤਾਂ ਮੈਂ ਇਹ ਕਹਿਣਾ ਗਾ ਅੱਗੇ, ਭਾਈ ਤੇਰੀ ਮਰਜ਼ੀ ਹੈਗਾ, ਹਾਂ ਤੂੰ ਨਾ ਆਇਆ ਕਰਾਂਗੇ, ਤਾਂ ਕੋਈ ਨਹੀਂ ਕਿਹਾ ਜਾ ਕੇ। ਉਹ ਸਾਵਾ ਸ਼ੇਰ ਜੇ ਤੂੰ ਆ ਗਿਆ, ਜੇਲ੍ਹ 'ਚ ਬੈਠਾ ਰਹੂੰ, ਜੇਲ੍ਹ 'ਚ ਮੈਂ ਬੈਠਾ ਰਹੂੰ, ਗੱਲ ਸੁਣ ਲੈ, ਤੂੰ ਸਰੀਕਾ ਮੂਹਰੇ ਵੀ ਦੱਸਣ ਲੱਗ ਗਈ ਹੈ ਕਿ ਇਹ ਦਾਰੂ ਪੀਂਦਾ, ਇਹ ਐਂ ਕਰਦਾ, ਤੈਨੂੰ ਮੈਂ ਦੱਸਾਂ, ਇਦੋਂ ਬਾਅਦ ਜੇ ਕਿਸੇ ਸਰੀਕ ਕੋਲੇ ਗੱਲ ਕੀਤਾ ਤੇਰੀ ਧੌਣ ਪੱਟ ਦੂੰ ਇੱਥੋਂ। ਹਾਂ ਬੋਲਦੀ ਹੈ ਤੇਰੀ, ਸਾਰਿਆਂ ਮੂਹਰੇ ਪਰਦਾ ਰੱਖਣ ਦੀ ਬਜਾਏ ਪਰਦੇ ਚੱਕੀ ਜਾਂਦੀ ਹੈ। ਬਾਕੀ ਗੱਲਾਂ।
ਇਸ ਬੰਦੇ ਦਾ ਕੀ ਹਾਲ ਹੈ, ਜੇ ਕਹਿੰਦੇ ਆ ਤਾਂ ਕੁੱਟ ਮਾਰ ਕੇ ਜਾਂਦੇਗਾ, ਨਾ ਮੈਂ ਪੇਕਿਆਂ ਨੂੰ ਦੱਸਣ ਯੋਗ ਰਹੀ, ਨਾ ਮੈਂ ਸਰੀਕਾ ਨੂੰ ਕੁਛ ਕਹਿਣ ਯੋਗ ਰਹੀ। ਆਹ ਗੱਲ ਸੀ, ਆਹ ਗੱਲ ਸੀ ਚਾਚਾ, ਹੈ ਤਾਂ ਆਉਣਾ ਜਾਣਾ ਘੱਟ ਕਰਤਾ, ਤੇ ਬਹੁਤ ਮਾੜੀ ਗੱਲ ਹੈ ਮੇਰੇ ਭਾਪੇ ਦੀ, ਵੀ ਤੁਹਾਨੂੰ ਤਾਂ ਨੀ ਲੜਨਾ ਚਾਹੀਦਾ ਵੀ ਆਪਦਾ ਤੋਂ, ਤੇ ਉਹ ਆਪਦਾ ਕਰਕੇ ਵਾਲਾ ਜਾਂਦਾ ਹੁੰਦਾ ਹੈ। ਹਾਂ ਫਿਰ ਐਵੇਂ ਮੈਂ ਖਰਾਬ ਹੁਣ ਤਰਸ ਜਾਇਆ ਕੋਲੇ, ਜਦੋਂ ਬੰਦਾ ਇੱਕ ਦਿਨ ਰਾਤ ਬੰਦੇ ਨੂੰ ਕੁੱਟੀ ਜਾਓ, ਤਰਸ ਤਾਂ ਆਊਗਾ ਹੀ ਕੋਲੇ, ਆਪਦਾ ਕਰਕੇ ਵਗ ਜਾਂਦੇ ਸੀ। ਜਦੋਂ ਉਹਨੇ ਐਂ ਜੇ ਕਹਿਤਾ ਬਸ ਮਨ ਜੀ ਨੂੰ ਇਹ ਜੀ ਸੱਟ ਜੀ ਲੱਗੀ, ਬਸ ਮੁੜ ਕੇ ਫਿਰ ਤਾਂ ਘੱਟ ਆਉਣੇ, ਹੋਰ ਕੋਈ ਗੱਲ ਨੀ, ਤੁਹਾਡੇ ਨਾਲ ਆਪਣਾ ਕੋਈ ਫਰਕ ਨੀ ਗਾ। ਚਾਹ ਤੂੰ ਆ ਜਾ ਕਰ, ਚੱਲ ਆ ਜਾ, ਕਦੋਂ ਤੂੰ ਕਹਿਣਾ ਆ ਜਾ ਕਰਾਂਗੇ, ਕੋਈ ਗੱਲ ਨੀ, ਉਹਨੂੰ ਆਪਣਾ ਕਿਹੜਾ ਕੀ ਉਹ ਆ, ਬਸ ਮੈਂ ਤਾਂ ਹੀ ਥੋੜਾ ਜਿਹਾ ਉਹ ਕਰ ਲਿਆ ਸੀਗਾ। ਠੀਕ ਹੈ, ਤੇ ਹੁਣ ਖੇਤ ਨੀ ਆਉਣਾ ਚਾਚਾ? ਖੇਤ ਜਾਊਂਗਾ। ਚੱਲ ਠੀਕ ਹੈ ਚਾਚਾ, ਤੂੰ ਸਕੂਲ ਸਿਖਾਲਦਾ ਕਿਵੇਂ ਤੇਰਾ ਕਹਿੰਦਾ ਤੇ ਕਾਲਜ ਕੋਲਜ ਚਲਾ ਕੇ ਨਾਲੇ। ਚਾਚਾ ਸਕੂਲ ਦੀ ਪੜ੍ਹਾਈ ਤਾਂ ਪੂਰੀ ਹੋ ਗਈ, ਹੁਣ ਮੈਂ ਕਾਲਜ ਜਾਣ ਲੱਗ ਗਿਆ, ਪਰ ਬਾਪੂ ਨਾ ਮੇਰੇ ਨਾਲ ਤਾਂ ਆਹ ਹਾਲ ਕਰਦਾ। ਓਏ ਉਹ ਗੱਲ ਸੁਣੋ ਮੁੰਡਿਆ, ਗੱਲ ਸੁਣ ਮੇਰੀ। ਹਾਂ ਬਾਪੂ। ਇਹਨਾਂ ਨੂੰ ਘਰ ਦੇ ਕਿਤਾਬਾਂ ਜਿਹਨੂੰ ਕਿਸੇ ਪਾਸੇ, ਹੁਣ ਤੂੰ ਬਹੁਤ ਪੜ੍ਹ ਲਿਆ, ਮੈਂ ਤੈਨੂੰ ਦੱਸਾਂ ਪੜ੍ਹਾਈਆਂ ਪੜ੍ਹਾਈਆਂ ਚ ਕੁਛ ਨੀ ਧਰਿਆ, ਤੇ ਚੁੱਪ ਕਰਕੇ ਤੂੰ ਖੇਤੀ ਦਾ ਕੰਮ ਕਰ ਲਿਆ ਕਰ, ਇਹਨਾਂ ਨੂੰ ਰਹਿਣ ਦੇ, ਇਹ ਪੜ੍ਹਾਈਆਂ ਪੜ੍ਹਾਈਆਂ ਚ ਕੁਛ ਨੀ ਧਰਿਆ ਪਿਆ। ਬਾਪੂ ਗੱਲ ਸੁਣ ਲਾ ਮੇਰੀ, ਜਿਹੜੀ ਪੜ੍ਹਾਈ ਹੁੰਦੀ ਨਾ ਬੰਦੇ ਦਾ ਤੀਜਾ ਨੇਤਰ ਹੁੰਦੀ ਆ, ਤੇ ਪੜ੍ਹਾਈ ਕਰਕੇ ਨਾ ਮੈਂ ਨੌਕਰੀ ਲੱਗ ਜੂੰਗਾ। ਉਹ ਨੌਕਰੀ ਲੱਗ ਜੂੰਗਾ, ਉਹ ਤੇਰੇ ਨਾਲੋਂ ਕਿਤੇ ਪੜ੍ਹੇ ਵੇ ਵੱਧ ਪੜ੍ਹੇ ਫਿਰਦੇ ਨੇ, ਪੜ੍ਹ ਲਿਖ ਕੇ ਉਹਨਾਂ ਨੂੰ ਵੀ ਖੇਤੀ ਕਰਨੀ ਪਈ, ਚਾਹੇ ਪਹਿਲਾਂ ਕਰ ਲਓ ਚਾਹੇ ਮਗਰੋਂ ਕਰ ਲਓ, ਇਹ ਤੂੰ ਪੜ੍ਹ ਲਿਖ ਕੇ ਕਿਤੇ ਡੀਸੀ ਨਾ ਲੱਗ ਜਾਏ। ਬਾਪੂ ਡੀਸੀ ਨਾ ਲੱਗੂ, ਕੁਛ ਤੇ ਲੱਗੂਗਾ, ਜੇ ਮੈਂ ਪੜ੍ਹਿਆ ਲਿਖਿਆ ਨਾ ਤਾਂ ਪ੍ਰਾਈਵੇਟ ਹੀ ਕਰ ਲੂੰਗਾ, ਕੋਈ 20-25 ਹਜ਼ਾਰ ਰੁਪਇਆ ਮਿਲ ਜਾ ਕਰੂਗਾ, ਕੋਈ ਥੋੜਾ। ਉਹ ਛੱਡ ਦੇ, ਉਹੀ ਤੂੰ ਖੇਤੀ ਚੋਂ ਕਰ ਲੈ, ਕਿੱਲਾ ਠੇਕੇ ਤੇ ਲੈ ਲਾਂਗੇ ਹੋਰ ਨਾਲ, ਤੂੰ ਇਹਨਾਂ ਨੂੰ ਧਰ ਦੇ ਕਿਤਾਬਾਂ ਜਿਹਨੂੰ ਮੇਰੇ ਆਖੇ ਲੱਗ ਕੇ ਚੁੱਪ ਕਰਕੇ। ਬਾਪੂ ਗੱਲ ਸੁਣ ਲਾ, ਖੇਤੀ ਚ ਕੀ ਫਾਇਦਾ, ਪਹਿਲਾਂ ਤੇ ਰੇਹਾਂ ਸਰਪਿਆਂ ਨੇ ਮਾਰਤੇ, ਨਕਲੀ ਸਰਪਿਆਂ ਆਉਂਦੀਆਂ, ਨਕਲੀਆਂ ਬੀਜ ਆਉਂਦਾ, ਘਾਟਾ ਦਾ ਗਲੇ ਪਿਆ ਹੋਇਆ, ਪਹਿਲਾਂ ਮੀਂਹ ਮਾਰ ਦਿੰਦਾ। ਉਹ ਤਾਂ ਹੀ ਤੈਨੂੰ ਕਹਿੰਦਾ ਵੀ ਪੜ੍ਹਾਈਆਂ ਪੜ੍ਹਾਈਆਂ ਚ ਕੁਛ ਨੀ ਰੱਖਿਆ, ਜੇ ਬਾਹਣ ਬਾਹਾਂਗੇ ਖੇਤੀ ਕਰਾਂਗੇ ਫੇਰ ਹੀ ਹੈ, ਤੂੰ ਖੇਤੀ ਕਰਾ। ਬਾਪੂ ਇਹਦੀ ਨਾ ਸੁਣਿਆ ਕਰ, ਇਹਨੇ ਤਾਂ ਤੈਨੂੰ ਸਵੇ ਹੀ ਟੋਕਣਾ ਹੈਗਾ, ਮੈਨੂੰ ਵੀ ਟੋਕਦਾ ਰਹਿੰਦਾ ਤੇ ਤੈਨੂੰ ਵੀ, ਤੂੰ ਆਪਦੀ ਪੜ੍ਹਾਈ ਕਰ ਆਰਾਮਦਾਰੀ ਨਾਲ। ਹਾਂ ਮੈਂ ਤੈਨੂੰ ਦੱਸਾਂ, ਪੜ੍ਹਾਈ ਕਰ, ਪੜ੍ਹਾਈ ਕਰ, ਕਿੱਦਾਂ ਦੀ ਪੜ੍ਹੀ ਜਾਂਦਾ ਹੈ, ਉਹ ਪੜ੍ਹ ਲਿਖ ਕੇ ਕਿਹੜਾ ਇਹ ਡੀਸੀ ਲੱਗ ਜੂ। ਅੱਛਾ ਹਾਂ ਡੀਸੀ, ਆਪਾਂ ਇਹ ਨਹੀਂ ਕਹਿੰਦੇ ਵੀ ਜਣਾ ਖਣਾ ਡੀਸੀ ਲੱਗ ਜੂ, ਕੁਛ ਨਾ ਕੁਛ ਤਾਂ ਬਣੂਗਾ ਜਵਾਕ, ਕੋਈ ਤਾਂ ਜੌਬ ਲੈ ਹੀ ਲਊਗਾ। ਆਹ ਨਾ ਡੀਸੀ ਲੱਗਿਆ ਦਿੰਦੇ ਹੀ ਹੈ, ਕਿੱਦਾਂ ਦੇ ਲੋਕ ਪੜ੍ਹ ਪੜ੍ਹ ਕੇ ਤੁਰੇ ਫਿਰਦੇ ਨੇ, ਸਰਕਾਰ ਕਿਤੇ ਨੌਕਰੀਆਂ ਦੇਈ ਖੜੀ ਹੈ, ਕਿਹਨੂੰ ਕਿਹਨੂੰ ਦੇਵੇ ਸਰਕਾਰ ਨੌਕਰੀਆਂ, ਮਰੀ ਜਾਂਦੇ ਆ। ਤੂੰ ਚੁੱਪ ਕਰਕੇ ਮੇਰੀ ਗੱਲ ਸੁਣ, ਇਹਨਾਂ ਨੂੰ ਪਰੇ ਤਾਂ ਕਿਤਾਬਾਂ ਜਾਂ ਨੂੰ, ਤੇ ਮੇਰੇ ਨਾਲ ਖੇਤ ਚੱਲਿਆ ਕਰ, ਮੈਥੋਂ ਹੁਣ ਓਨਾ ਕੰਮ ਨਹੀਂ ਹੁੰਦਾ, ਤੂੰ ਕਰਿਆ ਕਰ ਮਾੜਾ ਮੋਟਾ। ਬਾਪੂ ਮੈਂ ਖੇਤ ਦਾ ਵੀ ਕਰ ਲਿਆ ਕਰੂੰਗਾ, 2 ਵਜੇ ਤੱਕ ਪੜ੍ਹਾਈ ਹੁੰਦੀ ਹੈ, ਉਦੋਂ ਬਾਅਦ ਮੈਂ ਖੇਤ ਚੱਲ ਪਿਆ ਨਾਲ ਤੇਰੇ। ਇਹ ਦੋਨੇ ਕੰਮ ਨਹੀਂ ਹੁੰਦੇ ਜਿਵੇਂ ਤੂੰ ਕਹਿੰਦਾ, ਚੁੱਪ ਕਰਕੇ ਤਾਂ ਮੜਾਸਾ ਬੰਨਣਾ ਪਊ ਤੇ ਖੇਤ ਕੰਮ ਕਰਾ, ਇਹਨੂੰ ਛੱਡ। ਪੁੱਤ ਮੈਂ ਤੇਰੇ ਵਾਸਤੇ ਰੋਟੀ ਪਾਣੀ ਦੀ ਤਿਆਰੀ ਕਰਦੀ ਆ, ਇਹਨੇ ਤਾਂ ਐਂ ਟੋਕਾ ਟਾਕੀ ਕਰਨੀ ਆ, ਬਸ ਇਹਨੇ ਤਾਂ ਕੱਲੀ ਪੀਣੀ ਸੋਚਦੀ ਆ, ਹੋਰ ਇਹਨੂੰ ਕੋਈ ਕੰਮ ਨਹੀਂ। ਹਾਂ ਤੂੰ ਇਹਨੂੰ ਪੜਾ ਪੜਾ ਲਿਖਾ ਕੇ ਤੂੰ ਮਾਸਟਰ ਲਾਏਂਗੀ, ਮੈਨੂੰ ਪਤਾ ਹੈ ਵੀ ਨੌਕਰੀਆਂ ਕਿਹੜੀਆਂ ਦਿੰਦੀਆਂ ਸਰਕਾਰਾਂ, ਤੇਰੇ ਆਖੇ ਲੱਗ ਕੇ ਮਾਰੀ ਜਾਂਦੀਆਂ ਟੱਕਰਾਂ। ਮੈਂ ਕਹਿੰਦਾ ਖੇਤੀ ਕਰ ਲਿਆ ਕਰੇ, ਖੇਤੀ ਕਰ ਲਿਆ ਕਰੇ। ਯਾਰ ਆਹ ਗੱਲ ਸੀ ਚਾਚਾ। ਓਹੋ ਉਹ ਤਾਂ ਕੋਈ ਗੱਲ ਨੀ, ਜੱਟਾਂ ਦੇ ਮੁੰਡੇ ਘਰ ਦੇ ਤਾਂ ਕੰਮ ਹੀ ਹੁੰਦੇ ਆ, ਤੇ ਲੱਗ ਜਿਹੜਾ ਪੜ੍ਹਾਈ ਲਿਖਾਈ ਹੈ ਇਹਨੇ ਤਾਂ ਆਪਦਾ ਕੰਮ ਦੇਣਾ ਨਾ। ਹਾਂ ਮੈਨੂੰ ਆਇਆ ਪੜ੍ਹ ਲਿਖ ਗਿਆ
ਕੋਈ ਨੌਕਰੀ ਮਿਲ ਜੂਗੀ। ਤਾਂ ਜੇ ਨੌਕਰੀ ਨਾ ਮਿਲੂ ਚਲ ਆਪਦਾ ਕੰਮ ਤੇ ਕਰ ਲੂੰਗਾ, ਜੋ ਪੜ੍ਹਿਆ ਲਿਖਿਆ ਹੋਵੇ ਸੌ ਹਿਸਾਬ ਕਿਤਾਬ ਕਰ ਲੈਂਦਾ ਬੰਦਾ। ਤੈਨੂੰ ਮੈਂ ਇੱਕ ਗੱਲ ਦੱਸਦਾ, ਪੜ੍ਹਾਈ ਨਾ ਛੱਡੀ, ਜੇ ਕੋਈ ਹੋਰ ਚੀਜ਼ ਦੀ ਲੋੜ ਹੋਈ, ਪੈਸੇ ਟੱਕੇ ਦੀ ਵੀ ਲੋੜ ਹੋਈ ਨਾ, ਜਦੋਂ ਆ ਕੇ ਮਰਜ਼ੀ ਮੈਨੂੰ ਕਹਿ ਦੀ, ਠੀਕ ਹੈ, ਤੂੰ ਆਪਦੀ ਪੜ੍ਹਾਈ ਪੂਰੀ ਕਰ। ਨਾ ਨਾ ਚਾਚਾ, ਕੋਈ ਗੱਲ ਨਹੀਂ, ਪੈਸਿਆਂ ਦੀ ਕੋਈ ਲੋੜ ਨਹੀਂ, ਪੈਸੇ ਤਾਂ ਹੈਗੇ ਆ ਵਾਧੂ ਮੇਰੇ ਕੋਲ, ਪਰ ਮੈਂ ਪੜ੍ਹਾਈ ਹੁਣ ਕਰੀ ਜਾਂਦਾ, ਪਰ ਮੇਰਾ ਮਨ ਬਹੁਤ ਦੁਖੀ ਆ, ਕਿਉਂ ਬਾਪੂ ਮੇਰੇ ਨਾਲ 24 ਘੰਟੇ ਲੜਦਾ ਹੀ ਰਹਿੰਦਾ। ਓਹੋ, ਹੁਣ ਉਹਦੇ ਖਾਤਰ ਆਪਦੀ ਪੜ੍ਹਾਈ ਤਾਂ ਨਹੀਂ ਖਰਾਬ ਕਰਨੀ ਤੂੰ, ਤੂੰ ਪੜ੍ਹ ਲਾ ਜਿੰਨਾ ਕਿਸੇ ਪੜ੍ਹਿਆ ਜਾਂਦਾ ਪੜ੍ਹ ਲਾ, ਅੱਜ ਕੱਲ੍ਹ ਪੜ੍ਹਾਈ ਕੰਮ ਆਉਂਦੀ ਆ, ਖੇਤਾਂ ਦਾ ਕੀ ਆ, ਖੇਤਾਂ ਢੋਲੀਆਂ ਚੱਕਣੀਆਂ, ਜਦੋਂ ਪੜ੍ਹਿਆ ਬੰਦਾ ਵੀ ਚੱਕ ਲਊਗਾ, ਉਹ ਤਾਂ ਛੱਡ ਤੂੰ, ਜਿੰਨਾ ਕੱਲ੍ਹ ਨੂੰ ਪੜ੍ਹ ਗਿਆ ਨੌਕਰੀ ਮਿਲ ਗਈ ਕਿਤੇ ਨੌਕਰੀ 'ਤੇ ਲੱਗ ਜਾਏਗਾ, ਨਾ ਸਰਕਾਰੀ ਮਿਲੂ ਪ੍ਰਾਈਵੇਟ ਮਿਲ ਜੂ। ਹਾਂ ਗੱਲ ਆਹ ਤਾਂ ਗੱਲ ਠੀਕ ਹੈ ਚਾਚਾ, ਚੱਲ ਠੀਕ ਹੈ ਚਾਚਾ, ਮੈਂ ਹੁਣ ਖੇਤ 'ਤੇ ਜਾਂਦਾ, ਪਾਣੀ ਦੀ ਵਾਰੀ ਆ, ਲਾਈਟ ਵੀ ਆਈ ਵੀ ਹੈ। ਠੀਕ ਹੈ ਚੱਲ, ਮੈਂ ਵੀ ਆਊਂ ਖੇਤ, ਕੋਈ ਗੱਲ ਨਹੀਂ, ਮੈਂ ਬਾਜ਼ਾਰ 'ਚ ਜਾ ਕੇ ਆਉਂਦਾ ਸੀ। ਚੰਗਾ, ਮਾਈ ਸੇਵਾ ਪਾਓ। ਆ ਬਾਬਾ ਜੀ, ਮਾਈ ਸੇਵਾ ਪਾਓ। ਸੇਵਾ? ਬਾਬਾ ਜੀ ਰੋਟੀ ਤਾਂ ਅੱਜ ਪਕਾਈ ਨਹੀਂ, ਹੋਰ ਸੇਵਾ ਬਾਬਾ ਜੀ? ਕੀ ਗੱਲ ਹੋ ਗਈ ਮਾਈ, ਦੁਖੀ ਜੇ ਲੱਗਦੇ ਹੋ? ਕੀ ਦੱਸਾਂ ਬਾਬਾ ਜੀ, ਅੱਜ ਫੇਰ ਚੰਨੀ ਦੇ ਬਾਪੂ ਮੈਨੂੰ ਕੁੱਟਮਾਰ ਕਰਕੇ ਗਏ ਹੈਗੇ, ਜੇ ਅਸੀਂ ਉਹਨੂੰ ਦਾਰੂ ਲਈ ਰੋਕਿਆ ਤਾਂ ਉਹ ਮੇਰਾ ਆਹ ਹਾਲ ਕਰ ਗਿਆ ਵਾ। ਬਸ ਬਾਬਾ ਜੀ ਬੁਰਾ ਹਾਲ ਕਰ ਗਿਆ ਮੇਰਾ, ਅਸੀਂ ਤਾਂ ਬਹੁਤ ਪਾਪੜ ਵੇਲੇ ਬਾਬਾ ਜੀ, ਪਰ ਉਹ ਟੱਸ ਤੋਂ ਮਸ ਨਹੀਂ ਹੋਇਆ। ਮਾਈ ਕੀ ਪਾਪੜ ਵੇਲੇ ਤੁਸੀਂ? ਆਹੀ ਬਾਬਾ ਜੀ, ਅਸੀਂ ਤਾਂ ਦਵਾਈਆਂ ਤੇ ਸਿਆਣਿਆਂ ਕੋਲੇ ਬਹੁਤ ਧੱਕੇ ਖਾਧੇ, ਪਰ ਉਹ ਟੱਸ ਤੋਂ ਮਸ ਨਹੀਂ ਹੋਇਆ ਬਾਬਾ ਜੀ, ਪਰ ਹੁਣ ਅਸੀਂ ਹਾਰ ਚੁੱਕੇ ਹਾਂ, ਮੈਂ ਤੇ ਮੇਰਾ ਪੁੱਤ, ਅਸੀਂ ਦੋਨਾਂ ਨੇ ਬਹੁਤ ਕੁੱਟਮਾਰ ਖਾਧੀ, ਪਰ ਕਦੇ ਕਦੇ ਤਾਂ ਬਾਬਾ ਜੀ ਐਂ ਜੀ ਕਰਦਾ ਮੈਂ ਆਪਦਾ ਆਪ ਨਿਬੇੜ ਲਾਂ, ਪਰ ਮੈਨੂੰ ਆਪਦੇ ਪੁੱਤ ਦਾ ਬਹੁਤ ਤਰਸ ਆਉਂਦਾ ਵੀ ਇਹ ਕੀ ਕਰੂਗਾ ਮੇਰੇ ਤੋਂ ਬਾਅਦ। ਬਾਬਾ ਜੀ ਮੈਂ ਹੁਣ ਥੱਕ ਹਾਰ ਗਈ ਬਾਬਾ ਜੀ। ਮਾਈ ਜੇ ਇੰਨੇ ਕੰਮ ਤੁਸੀਂ ਕਰਕੇ ਵੇਖ ਲਏ ਤਾਂ ਮੇਰੇ ਕਹਿਣ ਤੇ ਤੁਸੀਂ ਇੱਕ ਕੰਮ ਹੋਰ ਕਰਕੇ ਵੇਖ ਲਓ। ਕੀ ਬਾਬਾ ਜੀ? ਮਾਈ ਤੁਸੀਂ ਵਾਹਿਗੁਰੂ ਦੇ ਲੜ ਲੱਗ ਕੇ ਵੇਖੋ, ਤੁਸੀਂ ਨਾ ਆਪਣੇ ਮੁੰਡੇ ਨੂੰ ਲੈ ਕੇ ਡੇਲੀ ਗੁਰੂ ਘਰ ਜਾਇਆ ਕਰੋ ਤੇ ਬਾਣੀ ਸੁਣਿਆ ਕਰੋ, ਤੁਸੀਂ ਵਾਹਿਗੁਰੂ ਹਰ ਇੱਕ ਦੀ ਸੁਣਦਾ ਹੈਗਾ, ਤੁਹਾਡੀ ਵੀ ਜ਼ਰੂਰ ਸੁਣੂਗਾ। ਠੀਕ ਹੈ ਬਾਬਾ ਜੀ, ਮੈਂ ਤੇ ਮੇਰਾ ਪੁੱਤ ਅਸੀਂ ਸਵੇਰ ਤੋਂ ਹੀ ਗੁਰਦੁਆਰਾ ਸਾਹਿਬ ਜਾਇਆ ਕਰਾਂਗੇ। ਠੀਕ ਹੈ ਬਾਬਾ ਜੀ, ਚਲੋ ਬਾਬਾ ਜੀ ਪ੍ਰਸ਼ਾਦਾ ਦਿੱਤਾ ਨਹੀਂ, ਪਰ ਆਹ ਇੱਕ ਠੀਕ ਹੈ ਬਾਬਾ ਜੀ। ਚੱਲ ਮੈਨੂੰ ਕੋਈ ਤਾਂ ਚੰਗਾ ਰਾਹ ਦੱਸ ਕੇ ਗਿਆ ਬਾਬਾ ਜੀ, ਹੁਣ ਮੈਂ ਸਵੇਰ ਤੋਂ ਆਪਦੇ ਪੁੱਤ ਨੂੰ ਲੈ ਕੇ ਗੁਰਦੁਆਰਾ ਜਾਂ ਸਾਹਿਬ ਜਾਇਆ ਕਰੂੰ ਤੇ ਉੱਥੇ ਜਾ ਕੇ ਅਰਦਾਸ ਕਰਿਆ ਕਰੂੰ ਵੀ ਸਾਡਾ ਘਰ ਸਵਰਗ ਬਣ ਜੇ, ਵਾਹਿਗੁਰੂ ਸੱਚੇ ਪਾਤਸ਼ਾਹ। ਚੰਨੀ ਪੁੱਤ ਉੱਠ ਖੜ, ਚਾਹ ਪੀ ਲਾ। ਚਾਹ ਪੀ ਕੇ ਪੁੱਤ ਨਹਾ ਲਈ ਸਦੇਹਾਂ, ਮੈਂ ਵੀ ਨਹਾ ਲਾਂ ਤੇ ਪੁੱਤ ਆਪਾਂ ਗੁਰਦੁਆਰਾ ਸਾਹਿਬ ਚੱਲਾਂਗੇ। ਠੀਕ ਹੈ, ਬਾਬਾ ਜੀ ਜਿਹੜੇ ਆਉਂਦੇ ਹੁੰਦੇ ਆ ਨਾ ਆਪਣੇ, ਉਹ ਕਹਿ ਕੇ ਗਏ ਆ ਵੀ ਭਾਈ ਤੁਸੀਂ ਗੁਰਦੁਆਰਾ ਸਾਹਿਬ ਜਾਓ, ਸਾਰਾ ਕੁਛ ਠੀਕ ਹੋਜੂ, ਪੁੱਤ ਮਨ ਨੂੰ ਸ਼ਾਂਤੀ ਮਿਲੂ। ਮੈਂ ਤੈਨੂੰ ਦੱਸਾਂ ਆਹ ਤੇਰਾ ਪਿਓ ਸੁਧਰ ਜੂ, ਨਾਲੇ ਆਪਣੇ ਘਰ ਦਾ ਪੂਰਾ ਸੁਧਾਰ ਹੋਜੂਗਾ। ਤੇ ਇੱਕ ਗੱਲ ਹੋਰ ਪੁੱਤ, ਹੁਣ ਤੂੰ ਮੇਰਾ ਪੁੱਤ ਵਿਆਹ ਕਰਾ ਲਾ। ਚੱਲ ਕੋਈ ਗੱਲ ਨਹੀਂ ਮਾਂ। ਠੀਕ ਹੈ ਪੁੱਤ, ਚਾਹ ਪੀ ਲੈ ਮੇਰਾ ਪੁੱਤ, ਜਲਦੀ ਜਲਦੀ ਆਪਾਂ ਗੁਰਦੁਆਰਾ ਸਾਹਿਬ ਚੱਲਦੇ ਆ। ਚਲਾ ਬਾਬੇ ਨੇ ਤਾਂ ਵਧੀਆ ਕਿਹਾ, ਹਾਂ ਗੁਰਦੁਆਰੇ ਜਾਇਆ ਕਰਾਂਗੇ ਲਾਲਚ ਨਾਲ।
ਬਾਬੇ ਦੀ ਗੁਰੂ ਦੀ ਬਾਣੀ ਸੁਣ ਲਿਆ ਕਰਾਂਗੇ ਪੁੱਤ, ਸ਼ਾਂਤੀ ਮਿਲੂਗੀ, ਸ਼ਾਂਤੀ ਮਿਲੂਗੀ। ਹਾਂ ਜਿਹੜਾ ਆਪਣੇ ਇੰਨੇ ਤੈਨੂੰ ਪਤਾ ਹੈਗਾ ਘਰ ਦੇ ਵਿੱਚ ਕਸ਼ਟ ਨੇ, ਤੇਰਾ ਪਿਓ ਪੀਂਦਾ ਖਾਂਦਾ ਨਾ ਜਿਹੜਾ, ਉਹ ਚੱਲ ਉਹਦੇ ਵਾਸਤੇ ਆਪਾਂ ਅਰਦਾਸ ਕਰਕੇ ਆਵਾਂਗੇ, ਸਭ ਕੁਛ ਠੀਕ ਹੋ ਜੂ। ਚੱਲ ਕਰੂਗਾ ਗੁਰੂ ਠੀਕ। ਹਾਂ ਚੰਗਾ ਪੁੱਤ, ਛੇਤੀ ਆ ਜਾ, ਮੈਂ ਨਹਾ ਲਾ। ਹਾਂ ਦਾਰੂ ਘਰ ਪੱਟ ਦਿੰਦੀ ਹੈ, ਪਰ ਜੇ ਘਰ ਪੱਟ ਦਿੰਦੀ ਹੈ ਤਾਂ ਮੇਰਾ ਦਿਲ ਵੀ ਟਕਾ ਦਿੰਦੀ ਹੈ। ਤੈਨੂੰ ਪਤਾ ਹੈ ਮੇਰੇ ਦਿਮਾਗ ਤੇ ਕਿੰਨੀਆਂ ਟੈਨਸ਼ਨਾਂ ਨੇ, ਮੈਂ ਜਦੋਂ ਇਹਨੂੰ ਪੀ ਲੈਂਦਾ ਨਾ ਗਲਾਸ ਭਰ ਕੇ, ਫਿਰ ਮੇਰੇ ਦਿਮਾਗ ਤੇ ਕੋਈ ਟੈਨਸ਼ਨ ਨੀ ਰਹਿੰਦੀ, ਫਿਰ ਮੈਂ ਆਰਾਮ ਨਾਲ ਫਿਰ ਰਹਿਣਾ, ਮੈਨੂੰ ਕਿਸੇ ਦਾ ਫਿਕਰ ਨੀ ਲੱਗਦਾ। ਉਹ ਤੈਨੂੰ ਤਾਂ ਨਹੀਂ ਲੱਗਦਾ, ਦੂਜੇ ਪਰਿਵਾਰ ਬੰਨੀ ਦਾ ਦੇਖ, ਉਹ ਸਾਰਿਆਂ ਨੂੰ ਫਿਕਰ ਲੱਗਿਆ ਰਹਿੰਦਾ ਤੇਰਾ, ਤੂੰ ਇਕੱਲਾ ਜਾਣ ਦਾ ਸੌਂ ਜਾਂਦਾ ਤੇ ਦੂਜਿਆਂ ਨੂੰ ਤੂੰ ਸੌਣ ਨੀ ਦਿੰਦਾ, ਤੂੰ ਤਾਂ ਆਪਦੇ ਬੰਨੀ ਦੇਖਦਾ, ਦੂਜੇ ਪਰਿਵਾਰ ਬੰਨੀ ਕੌਣ ਦੇਖੂਗਾ। ਉਹ ਪਰਿਵਾਰ ਨੂੰ ਕੀ ਕਰੂੰ ਮੈਂ ਤਾਂ ਇਹਦੇ ਨਾਲ ਹੀ ਜਿਉਣਾ, ਪਰਿਵਾਰ ਤਾਂ ਮੈਨੂੰ ਸਹਿਣਦਾ ਵੀ ਨੀ। ਉਹ ਜੇ ਮੈਂ ਆਹ ਨਾ ਪੀਤੀ ਨਾ, ਬਸ ਇਹਦੇ ਨਾਲ ਹੀ ਮੇਰੀ ਜ਼ਿੰਦਗੀ ਹੈ, ਇਹੀ ਹੈ ਮੇਰੀ ਜਾਨ। ਉਹ ਬਾਈ ਉਹ ਜ਼ਿੰਦਗੀ ਦਾਰੂ ਨਾਲ ਨੀ ਹੁੰਦੀ, ਜ਼ਿੰਦਗੀ ਪਰਿਵਾਰ ਨਾਲ ਹੁੰਦੀ ਆ, ਤੂੰ ਮੰਨ ਲੈ ਗੱਲ ਮੇਰੀ, ਮੈਂ ਆਪਦਾ ਕਰਕੇ ਤੈਨੂੰ ਸਮਝਾਉਣਾ, ਤੂੰ ਮੇਰਾ ਭਰਾ ਹੈਗਾ, ਜੇ ਹੋਰ ਬੰਦਾ ਹੁੰਦਾ ਮੈਂ ਤੈਨੂੰ ਕਹਿੰਦਾ ਵੀ ਨਹੀਂ ਸੀਗਾ। ਫਿਰ ਮੈਂ ਹੁਣ ਕਿਵੇਂ ਕਰਾਂ? ਘਰ ਵਸਦੇ ਰਹਿ ਜਾਂਦੇ ਆ, ਉੱਜੜਦੇ ਉੱਜੜ ਜਾਂਦੇ ਆ, ਹੁਣ ਤੇਰੇ ਹੱਥ ਆ, ਰੱਖਣਾ ਰੱਖ ਲਾ, ਨਹੀਂ ਰੱਖਣਾ ਨਾ ਰੱਖ। ਗੱਲ ਤਾਂ ਤੂੰ ਵਧੀਆ ਕਰਦਾ ਬਾਈ, ਚੱਲ ਮੈਂ ਕੋਈ ਨੀ ਤੇਰੀ ਗੱਲ ਨੂੰ ਪੱਲੇ ਬੰਨਦਾ, ਪਰ ਮੈਥੋਂ ਹਜੇ ਛੱਡੀ ਨਹੀਂ ਜਾਂਦੀ, ਮੈਂ ਇਸ ਤੋਂ ਬਿਨਾਂ ਰਹਿ ਨਹੀਂ ਸਕਦਾ। ਉਹ ਜੇ ਪਰਿਵਾਰ ਚ ਮਿਲ ਕੇ ਰਹੇਗਾ ਨਾ ਸਾਰਾ ਕੁਛ ਹੀ ਹੋਜੂਗਾ, ਇਹਨੂੰ ਤੂੰ ਭੁੱਲ ਜਾਣਾ ਦਾਰੂ ਨੂੰ, ਹੁਣ ਤੂੰ ਦਾਰੂ ਦਾ ਸਹਾਰਾ ਲਈ ਜਾਂਦਾ, ਪਰਿਵਾਰ ਤਾਂ ਨੀ ਲੈਂਦਾ, ਤੂੰ ਪਰਿਵਾਰ ਦਾ ਸਹਾਰਾ ਲੈ ਕੇ ਦੇਖ। ਅੱਛਾ ਹਾਂ ਚੱਲ ਕੋਈ ਨੀ ਬਾਈ, ਤੇਰੀ ਗੱਲ ਮੈਂ 100% ਜੇਬ ਚ ਵੀ ਨਹੀਂ ਪਾਉਂਦਾ, ਮੈਂ ਦਿਮਾਗ ਚ ਪਾਉ, ਹੁਣ ਮੈਂ ਜਿਹੜੀ ਪੀਣੀ ਸੀ ਪੀ ਲਈ, ਫਿਰ ਬਸ ਹੁਣ ਨੀ ਮੈਂ ਪੀਂਦਾ ਇਹਨੂੰ, ਬਸ ਮੈਂ ਤੇਰੇ ਆਖੇ ਲੱਗ ਗਿਆ ਬਾਈ। ਚੱਲ ਚੰਗਾ ਰਹੇਗਾ, ਪੀ ਲਈ ਪੀ ਲਈ, ਵਧੀਆ ਰਹੇਗਾ, ਮੇਰੀ ਗੱਲ ਤੇ ਗੌਰ ਕਰੀ, ਬਸ ਕਰ ਲਈ ਬਾਈ, ਹੁਣ ਮੈਂ ਤੇਰਾ ਕਹਿਣਾ ਮੰਨ ਲਿਆ ਬਾਈ, ਹੁਣ ਨੀ ਮੈਂ, ਬਸ ਚੰਗਾ ਰਹੇਗਾ ਜੇ ਕਹਿਣਾ ਮੰਨ ਲਿਆ, ਬਸ ਠੀਕ, ਮੈਂ ਤੈਨੂੰ ਆਪਦਾ ਕਰਕੇ ਕਿਹਾ ਹੈਗਾ, ਬਸ ਇਸ ਤੋਂ ਬਾਅਦ ਮੈਂ ਪੀਂਦਾ ਨੀ, ਬਸ ਜਿੱਥੇ ਮੈਨੂੰ ਵੜਦੀ। ਚੱਲ ਚੰਗਾ ਰਹੇਗਾ, ਜੇ ਨਹੀਂ ਪੀਂਗਾ ਤਾਂ ਘਰ ਵੀ ਵਸਦਿਆਂ ਚ ਰਹਿ ਜੂਗਾ। ਠੀਕ ਹੈ ਬਾਈ, ਕਿਉਂ ਤੈਨੂੰ ਪਤਾ ਹੁਣ ਰੋਜ਼ ਕਲੇਸ਼ ਰਹਿੰਦਾ ਘਰੇ, ਜੇ ਇਹਨੂੰ ਨਾ ਪੀਂਗਾ ਕਲੇਸ਼ ਖਤਮ ਹੋ ਜੂਗਾ। ਹੁਣ ਨੀ ਪੀਂਦਾ ਬਾਈ, ਮੈਨੂੰ ਮਾਫ ਕਰ। ਚੱਲ ਠੀਕ ਹੈ, ਮਾਫ ਤਾਂ ਕੀ ਕਰਨਾ, ਤੂੰ ਤਾਂ ਮੇਥੋਂ ਵੱਡਾਂਗਾ, ਕੋਈ ਗੱਲ ਨੀ, ਪਰ ਅੱਜ ਤੋਂ ਬਾਅਦ ਦਾਰੂ ਨਾ ਪੀ, ਠੀਕ ਹੈ? ਠੀਕ ਹੈ, ਹਾਂ ਹੁਣ ਅੱਜ ਤੋਂ ਬਾਅਦ, ਅੱਜ ਤੋਂ ਬਾਅਦ ਨਹੀਂ ਮੈਂ ਪੀਂਦਾ। ਚਲੋ ਠੀਕ ਹੈ, ਚੰਗਾ ਬਾਈ, ਪੈ ਜਾ ਆਰਾਮ ਕਰ, ਕੋਈ ਗੱਲ ਨਹੀਂ ਫਿਰ। ਪ੍ਰਵੀਨ ਬਣ ਗਈ ਚਾਹ? ਲਿਆ ਖੇਤ ਵੀ ਜਾਣਾ। ਹਾਂਜੀ ਬਸ ਰੱਖੀ ਹੋਈ ਆ। ਮੇਰੀ ਗੱਲ ਸੁਣਿਓ, ਜਦੋਂ ਦੀ ਮੈਂ ਵਿਆਹ ਕੇ ਆਈ ਆ ਨਾ, ਮੈਂ ਬਾਪੂ ਨੂੰ ਹੀ ਦੇਖ ਰਹੀ ਆ ਵੀ ਰੋਜ਼ ਸ਼ਰਾਬ ਪੀ ਲੈਂਦਾ ਬਾਪੂ, ਐਵੇਂ ਕਿਉਂ? ਉਹਦੀ ਕਹਾਣੀ ਤਾਂ ਬਹੁਤ ਲੰਬੀ ਹੈ। ਕਹਾਣੀ ਲੰਬੀ ਆ ਉਹ ਤਾਂ ਠੀਕ ਆ, ਪਰ ਇੰਨੀ ਇੰਨੀ ਦਾਰੂ ਪੀ ਕੇ ਮੰਮੀ ਜੀ ਨੂੰ ਨਜਾਇਜ਼ ਕੁੱਟਣਾ, ਤੁਹਾਨੂੰ ਪੁੱਠਾ ਸਿੱਧਾ ਬੋਲਣਾ, ਮੈਨੂੰ ਚੰਗਾ ਜਿਹਾ ਨਹੀਂ ਲੱਗਦਾ ਹੈਗਾ। ਉਹ ਤਾਂ ਤੇਰੀ ਗੱਲ ਠੀਕ ਆ ਪ੍ਰਵੀਨ, ਦੇਖ ਮੈਨੂੰ ਦੇਖ, ਛੋਟੇ ਹੁੰਦੇ ਤੋਂ ਆ ਵਿਆਹ ਹੋ ਗਿਆ ਮੇਰਾ, ਸਾਰੀ ਉਮਰ ਇਹਦੀਆਂ ਗਾਲਾਂ ਸੁਣਦੇ ਹੀ ਆਦਤ ਪੈ ਗਈ ਮੈਨੂੰ ਤਾਂ, ਕਿਉਂਕਿ ਇਹ ਸਾਰਾ ਇਹ ਹਟਦਾ ਤਾਂ ਹੈ ਨਹੀਂ ਨਾ ਸੁਧਰਦਾ,
ਸਾਰੀ ਉਮਰ ਦਾਰੂ ਪੀ ਜੀ। ਦੇਖ ਸਾਡਾ ਬਹੁਤ ਵਧੀਆ ਕੰਮ ਸੀ, ਇਹ ਦਾਰੂ ਕਰਕੇ ਨਾ ਸਾਡਾ ਸਾਰਾ ਕਾਰੋਬਾਰ ਬਰਬਾਦ ਹੋ ਗਿਆ, ਬਸ ਸਿਰਫ ਦਾਰੂ ਕਰਕੇ। ਪਤਾ ਨਹੀਂ ਕਿੱਥੋਂ ਪੀਣ ਲੱਗਾ, ਪਹਿਲਾਂ ਤਾਂ ਪੀਂਦਾ ਨਹੀਂ ਸੀ। ਅੱਛਾ, ਫਿਰ ਵੀ ਕੋਈ ਨਾ ਕੋਈ ਤਾਂ ਵਜ੍ਹਾ ਹੁੰਦੀ ਹੋਈ ਹੋਊਗੀ ਜਿਹੜੀ ਇੰਨੀ ਨਜਾਇਜ਼ ਪੀਂਦੇ ਨੇ ਦਾਰੂ। ਉਹ ਦੱਸ ਹੀ ਨਹੀਂ ਰਿਹਾ ਸਾਨੂੰ, ਮੇਨ ਗੱਲ ਤਾਂ ਇਹ ਹੈ ਅਸੀਂ ਬਹੁਤ ਜ਼ੋਰ ਲਾਇਆ। ਪਹਿਲਾਂ ਤਾਂ ਨਾ ਮੈਂ ਪੜ੍ਹਿਆ ਲਿਖਿਆ ਵੀ ਹੋ ਕੇ ਨਾ ਮੈਂ ਬਾਬਿਆਂ ਦੇ ਚੱਕਰ 'ਚ ਪੈ ਗਿਆ ਸੀ, ਬਹੁਤ ਪੈਸਾ ਬਰਬਾਦ ਕੀਤਾ ਵੀ ਆਹ ਸਿਆਣੇ ਕੋਲ ਵਗ ਜਾਓ, ਵੀ ਆਹ ਸਿਆਣੇ ਕੋਲ ਵਗ ਜਾਓ ਦਾਰੂ ਛੱਡ ਦੂਗਾ, ਪਰ ਨਹੀਂ ਕੋਈ ਟਸ ਤੇ ਮਸਤੀ ਰਿਹਾ ਆਪਦੀ ਆਪਦੀ ਮਸਤੀ। ਮੰਮੀ ਨੂੰ ਗਾਲਾਂ ਕੱਢਣੀਆਂ, ਮੈਨੂੰ ਗਾਲਾਂ ਕੱਢਣੀਆਂ, ਮੈਨੂੰ ਤਾਂ ਹਾਰ ਕੇ ਪੜ੍ਹਾਈ ਵਿੱਚ ਛੱਡਤੀ ਮੇਰੇ 'ਤੇ। ਮੈਂ ਤਾਂ ਇਹੀ ਕਹਿੰਦੀ ਹਾਂ ਜੀ, ਦੇਖਿਓ ਮੰਮੀ ਨੂੰ ਬਿਨਾਂ ਮਤਲਬ ਤੋਂ ਮਿੰਟਾਂ 'ਚ ਕੁੱਟ ਦਿੰਦੇ ਨੇ, ਤੁਹਾਡੀ ਕੋਈ ਗਲਤੀ ਨਹੀਂ, ਤੁਹਾਨੂੰ ਇੰਨਾ ਇੰਨਾ ਕੁਛ ਸੁਣਾ ਦਿੰਦੇ ਨੇ, ਜੇ ਕਿਤੇ ਕੱਲ੍ਹ ਘਰੋਂ ਉਹਨਾਂ ਨੇ ਮੈਨੂੰ ਕੁਛ ਕਹਿਤਾ ਫਿਰ ਮੈਂ ਕੀ ਕਹੂੰਗੀ ਉਹਨਾਂ ਨੂੰ। ਦੇ ਪ੍ਰਵੀਨ, ਉਹ ਤੇਰੇ ਪਿਓਂ ਵਰਗਾ, ਠੀਕ ਹੈ ਜੇ ਕੁਛ ਕਹਿ ਵੀ ਗਿਆ ਨਾ ਇੱਧਰੋਂ ਸੁਣ ਕੇ ਇੱਧਰੋਂ ਕੱਢ ਦੀ ਬਸ ਮੇਰੇ ਕਰਕੇ। ਦੇ ਮੈਂ ਉਹ ਕੋਈ ਗੱਲ ਨਹੀਂ, ਆਪਾਂ ਗੁਰੂ ਘਰ ਜਾਇਆ ਕਰਾਂਗੇ, ਤੂੰ ਵੀ ਨਾ ਜਾ ਕੇ ਅਰਦਾਸ ਕਰਾਇਆ ਕਰ, ਅਤੇ ਨਾਲੇ ਜੇ ਧੁੱਪ ਨਾ ਤਾਂ ਛਾਂ ਤਾਂ ਜ਼ਰੂਰ ਆਊਗੀ, ਜੇ ਦਿਨ ਤਾਂ ਰਾਤ ਹੋਊਗੀ, ਕੋਈ ਗੱਲ ਨਹੀਂ ਅੱਗੇ ਆਪਾਂ ਸੁੱਖ ਦੀ ਜ਼ਿੰਦਗੀ ਜੀਵਾਂਗੇ। ਆਹ ਗੱਲ ਤਾਂ ਤੁਸੀਂ ਸਹੀ ਕਹੀ ਹੈ, ਵੈਸੇ ਵੀ ਮੈਂ ਪਾਗਲ ਥੋੜ੍ਹੀ ਹਾਂ ਜੀ ਕਿ ਡੈਡੀ ਦੇ ਮੂਹਰੇ ਬੋਲੂੰਗੀ, ਫਿਰ ਕੀ ਹੋ ਗਿਆ ਜੀ ਉਹਨਾਂ ਨੇ ਮੈਨੂੰ ਕੁਛ ਕਹਿਤਾ, ਤਾਂ ਨਜ਼ਰਾ ਤੁਹਾਡਾ ਜਿਹੜੇ ਇੰਨੇ ਸਮੇਂ ਤੋਂ ਉਹਨਾਂ ਦੀ ਸੁਣਦੇ ਆ ਰਹੇ ਹੋ, ਕੁੱਟਮਾਰ ਬੇਬੇ ਸਹਿੰਦੀ ਆ ਰਹੀ ਹੈ, ਇਹ ਵੀ ਬਹੁਤ ਵੱਡੀ ਗੱਲ ਆ ਜੀ, ਨਹੀਂ ਇੱਕ ਮਿੰਟ ਕੱਢਣਾ ਔਖਾ ਹੋ ਜਾਂਦਾ। ਮੈਨੂੰ ਦੇਖ ਲਓ, ਮੈਂ ਆਪਦੇ ਆਪ ਨੂੰ ਬਹੁਤ ਐਵੇਂ ਦਾ ਫੀਲ ਕਰਦੀ ਹਾਂ ਵੀ ਯਾਰ ਇਹ ਜ਼ਿੰਦਗੀ ਕਿਵੇਂ ਕੱਢਦੇ ਹੋਣਗੇ, ਬੇਬੇ ਨੇ ਇੰਨਾ ਸਮਾਂ ਕਿਵੇਂ ਜ਼ਿੰਦਗੀ ਲੰਘਾਈ ਹੈ ਬਾਪੂ ਨਾਲ। ਉਹ ਤਾਂ ਠੀਕ ਹੈ, ਕਿਉਂਕਿ ਮੇਰੇ ਨਾਨਾ ਨਾਨੀ ਸੀ ਨਾ ਬਹੁਤ ਸਾਊ ਸੀ, ਮੇਰੀ ਮਾਂ ਨੂੰ ਕਿਹਾ ਹੋਇਆ ਸੀ ਵੀ ਜੀ ਹੁਣ ਤੂੰ ਜੇ ਘਰੋਂ ਵਾਪਸ ਆਏਂਗੀ ਨਾ ਤੇਰੀ ਆਰਤੀ ਆਵੇ, ਪਰ ਤੂੰ ਨਹੀਂ ਆਉਣੀ ਚਾਹੀਦੀ, ਬਸ ਇਹ ਗੱਲ ਸੋਚਦੀ ਰਹਿੰਦੀ ਆ ਉਹ, ਤਾਂ ਕਿ ਚੁੱਪ ਰਹਿੰਦੀ ਹੈ। ਚਲੋ ਕੋਈ ਗੱਲ ਨਹੀਂ, ਹੁਣ ਤੱਕ ਬੇਬੇ ਨੇ ਜਿੰਨੇ ਦੁੱਖ ਦੇਖ ਲਏ, ਹੁਣ ਆਪਾਂ ਵਾਅਦਾ ਕਰਦੇ ਹਾਂ ਆਪਣੇ ਬੇਬੇ ਨੂੰ ਕਦੇ ਵੀ ਕੋਈ ਵੀ ਦੁੱਖ ਨਹੀਂ ਆਉਣ ਦੇਣਾ। ਆਹ ਤੇਰੀ ਸਹੀ ਹੈ ਸੋਚ ਪ੍ਰਵੀਨ, ਤੇਰਾ ਧੰਨਵਾਦ, ਮੈਂ ਵੀ ਕਰਮਾ ਆਉਣਾ ਤੇਰੇ ਵਰਗੀ ਮੈਨੂੰ ਘਰ ਵਾਲੀ ਮਿਲੀ ਹੈ। ਚੱਲ ਠੀਕ ਆ, ਆਹ ਚਾਹ ਲਿਆ ਮੈਂ ਜਾਵਾਂ ਤੇਰੇ। ਹਾਂਜੀ ਬਾਪੂ ਜੀ। ਹਾਂ ਪੁੱਤ, ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ। ਗੱਲ ਕਰ ਪੁੱਤ, ਦੱਸ ਕੀ ਗੱਲ ਕਰਨੀ ਹੈ ਮੇਰੀ ਧੀ ਨੇ। ਹਾਂ ਭਾਈ। ਵੈਸੇ ਬਾਪੂ ਜੀ ਇਹ ਗੱਲ ਤੁਹਾਨੂੰ ਮੈਂ ਕਹਿੰਦੀ ਚੰਗੀ ਤਾਂ ਨਹੀਂ ਲੱਗਦੀ, ਪਰ ਫਿਰ ਵੀ ਮੈਂ ਤੁਹਾਨੂੰ ਕਹਿ ਦਿੰਦੀ ਹਾਂ। ਕੀ ਗੱਲ ਹੈ ਪੁੱਤ, ਕੀ ਕਹਿਣੀ ਹੈ? ਦੇਖਿਓ ਬਾਪੂ ਜੀ, ਆਹ ਦਾਰੂ ਨੇ ਆਪਣਾ ਸਾਰਾ ਘਰ ਬਰਬਾਦ ਕਰਕੇ ਰੱਖਤਾ, ਕੀ ਮਿਲਿਆ ਦਾਰੂ ਪੀ ਪੀ ਕੇ ਤੁਹਾਨੂੰ, ਨਾਲੇ ਤਾਂ ਤੁਸੀਂ ਆਪਣੀ ਸਿਹਤ ਖਰਾਬ ਕਰਦੇ ਹੋ, ਨਾਲੇ ਘਰ 'ਚ ਰੋਜ਼ ਰੋਜ਼ ਦਾ ਕੰਜਰ ਕਲੇਸ਼ ਪੈਂਦਾ ਗਾ, ਤੁਸੀਂ ਇਹਨੂੰ ਛੱਡ ਕਿਉਂ ਨਹੀਂ ਦਿੰਦੇ? ਉਹ ਗੱਲ ਸੁਣ ਭਾਈ, ਤੂੰ ਮੇਰੀ ਨੂੰਹ ਹੈ, ਤੂੰ ਮੈਨੂੰ ਬਾਲੀਆਂ ਮੱਤਾਂ ਨਾ ਦੇ, ਮੈਨੂੰ ਪਤਾ ਹੈ ਵੀ ਇਹ ਦਾਰੂ ਚੰਗੀ ਹੈ ਕਿ ਮਾੜੀ ਹੈ, ਪਰ ਕੋਈ ਨਹੀਂ ਤੂੰ ਆਪਦਾ ਕੰਮ ਕਰ, ਤੈਨੂੰ ਮੈਂ ਦੱਸਾਂ। ਬਾਪੂ ਜੀ ਮੈਂ ਤਾਂ ਕੌਣ ਹੁੰਦੀ ਹਾਂ ਤੁਹਾਨੂੰ ਰੋਕਣ ਵਾਲੀ, ਅੱਜ ਤੱਕ ਤੁਹਾਨੂੰ ਮੰਮੀ ਅਤੇ ਚੰਨੀ ਜੀ ਨਹੀਂ ਰੋਕ ਸਕੇ, ਪਰ ਫਿਰ ਵੀ ਮੇਰਾ ਤਾਂ ਫਰਜ਼ ਬਣਦਾ ਸੀ ਤੁਹਾਨੂੰ ਕਹਿਣ ਦਾ, ਸੋ ਮੈਂ ਕਹਿਤਾ, ਬਾਕੀ ਦੇ ਜੇ ਤੁਹਾਨੂੰ ਗੁੱਸਾ ਲੱਗਿਆ ਹੋਵੇ ਉਹਦੇ ਲਈ ਮੈਂ ਤੁਹਾਡੇ ਤੋਂ ਮਾਫ਼ੀ ਚਾਹੁੰਦੀ ਹਾਂ। ਗੱਲ ਤਾਂ ਠੀਕ ਕਹਿੰਦੀ ਆ ਕੁੜੀ, ਤੂੰ ਇਹਨੂੰ ਛੱਡਣਾ ਚਾਹੀਦਾ ਤੈਨੂੰ, ਪਰ ਤੂੰ ਕੀ ਕਰਾਂ ਮੈਂ, ਕਿਵੇਂ ਛੱਡਾਂ ਇਹਨੂੰ, ਇਹ ਮੇਰੇ ਮਗਰ ਪੈ ਗਈ, ਇਹ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ।
ਉਹ ਸੁਖਪਾਲ, ਉਹ ਪਾਣੀ ਲਿਆਉਣ ਵਾਲੇ ਖਾਲੀ ਗਲਾਸ ਲਿਆ। ਉਹ ਮੈਂ ਕਿਹਾ ਤੈਨੂੰ ਸੁਣਿਆ ਨੀ? ਆ ਲੋ ਬਾਪੂ ਜੀ। ਉਹ ਕੁੜੀਏ ਤੇਰੀ ਮਾਂ ਕਿੱਥੇ ਗਈ ਹੈ? ਉਹ ਤਾਂ ਬਾਪੂ ਜੀ ਗੁਰੂ ਘਰ ਗਏ ਨੇ। ਗੁਰੂ ਘਰ ਗਈ ਹੈ? ਹਾਂਜੀ। ਕੱਲੀ ਹੋਈ ਹੈ ਗੁਰੂ ਘਰ? ਉਹ ਗੁਰੂ ਘਰ ਕੀ ਗੁਰੂ ਕੀ? ਬਾਪੂ ਜੀ, ਬਾਪੂ ਜੀ ਕੀ ਹੋਇਆ ਤੁਹਾਨੂੰ? ਬਾਪੂ ਜੀ ਫੋਨ ਕੀਤਾ, ਬਾਪੂ ਜੀ ਹਾਏ ਮੈਂ ਮਰ ਜਾ। ਬਾਪੂ ਨੂੰ ਕੀ ਹੋ ਗਿਆ? ਹੈਲੋ, ਕਿੱਥੇ ਹੋ ਜੀ ਤੁਸੀਂ? ਅੱਛਾ ਜਲਦੀ ਆ ਜਾਓ, ਬਾਪੂ ਨੂੰ ਪਤਾ ਨਹੀਂ ਕੀ ਹੋ ਗਿਆ। ਬਾਪੂ ਜੀ, ਬਾਪੂ ਜੀ ਕੀ ਹੋ ਗਿਆ ਤੁਹਾਨੂੰ? ਹਾਂ ਜੀ, ਆ ਦੇਖਿਓ, ਬਾਪੂ ਨੂੰ ਪਤਾ ਨੀ ਕੀ ਹੋ ਗਿਆ। ਮੈਂ ਤਾਂ ਪਾਣੀ ਮੰਗਾਇਆ ਸੀ ਇਹਨਾਂ ਨੇ। ਫੋਨ ਲਾਓ ਡਾਕਟਰ ਨੂੰ ਜਲਦੀ। ਬਾਪੂ ਜੀ, ਡਾਕਟਰ ਸਾਹਿਬ ਜੀ ਕਿੱਥੇ ਹੋ? ਆ ਜਲਦੀ ਸਾਡੇ ਘਰੇ ਆਏ। ਹਾਂ ਹਾਂ ਜਲਦੀ, ਅਟੈਕ ਹੀ ਆਇਆ ਲੱਗਦਾ ਬਾਪੂ। ਹਾਂ ਠੀਕ ਆ, ਠੀਕ ਆ, ਠੀਕ ਆ, ਠੀਕ ਆ, ਪੰਪ ਕਰਾਂ ਪਰ ਠੀਕ ਆ। ਬਾਪੂ ਜੀ ਕੀ ਕਹਿੰਦੇ ਜੀ? ਪਤਾ ਪੰਪ ਕਰ ਦੇ ਬਾਪੂ ਜੀ। ਬਾਪੂ ਜੀ, ਬਾਪੂ ਜੀ ਪਾਣੀ। ਬਥੇਰਾ ਸਮਝਾ ਸੀ ਤਾਏ ਨੂੰ, ਇਕੜਾ ਕਿਸੇ ਦੀ ਗੱਲ ਸੁਣਦਾ? ਆ ਹੁਣ ਨਾਲੇ ਰੁਪਈਏ ਲੱਗਣਗੇ। ਕਦੋਂ ਦਾ ਗਿਆ ਹੋਇਆ ਲੱਕੀ, ਹਾਲੇ ਤੱਕ ਘਰੇ ਨਹੀਂ ਪੌੜਿਆ। ਮੈਂ ਸਬਜ਼ੀ ਮੰਗਵਾਉਣੀ ਸੀਗੀ। ਲੈ ਉਹ ਆ ਗਿਆ ਬੱਟੀਆਂ ਉਮਰਾਂ ਵਾਲਾ। ਉਹ ਕੀ ਪੀਏ ਨੇ ਭਾਬੀ? ਲੈ ਮੇਰੇ ਵੇਟ ਲੋਸ ਡਰਿੰਕ ਪੀਨੀ ਆ, ਪਤਲੀ ਹੋਣਾ ਹੁਣ ਮੈਂ। ਤੇ ਪਹਿਲੀ ਭਾਬੀ ਉਹ ਕਰ ਲੈ, ਕਰਦੇ ਕੀ ਲੋੜ ਸੀ? ਉਹ ਮਨ ਤਾਂ ਚੰਨੀ ਦੇ ਫਿਕਰ ਹੋਈ ਜਾਂਦਾ ਹੈ। ਘਰੇ ਦੱਸਣ ਆਉਂਦਾ ਕਿਸ ਨੂੰ ਮੈਂ ਲੈ ਕੇ ਉਧਰ ਹਸਪਤਾਲ? ਠੀਕ ਆ ਮੇਰੀ ਗੱਲ ਸੁਣ, ਇਹਨੂੰ ਸ਼ਰਮ ਆਉਣੀ ਚਾਹੀਦੀ ਆ ਵੀ ਜੇ ਮੁੰਡਾ ਘਰੋਂ ਵਗ ਗਿਆ ਕੀ ਬਣੂਗਾ। ਨਵਾਂ ਵਿਆਹ ਹੋਇਆ ਮੁੰਡੇ ਦਾ, ਠੀਕ ਹੈ ਨਾ, ਬਹੂ ਆ ਘਰੇ, ਬਹੂ ਦੀ ਤਾਂ ਸ਼ਰਮ ਮੰਨ ਲਾ, ਅੱਕ ਕੇ ਮੁੰਡਾ ਕੀ ਕਰੂ। ਹਾਂ ਹਾਂ ਭਾਬੀ, ਉਹਦਾ ਤੇਰੀ ਗੱਲ ਮੈਂ ਸਮਝ ਗਿਆ। ਇਹਦਾ ਚੰਨੀ ਨਰਮ ਹੈ, ਜੇ ਕੋਈ ਹੋਰ ਹੁੰਦਾ ਨਾ ਰੂਪੇ ਦੇ ਮੁੰਡੇ ਦੇਖ ਲਾ, ਦੋਹੇ ਆ, ਜੇ ਹਫਤੇ ਬਾਅਦ ਇੱਕ ਬਊਆ ਲਾ ਲਿਆ ਬੱਦਰੀ ਬਣਾ ਦੇ ਤੂੰ ਹੇਠਾਂ ਲੈ ਲੈ। ਅੱਗੇ ਰਾਣੀ ਨੂੰ ਫੋਨ ਤੇ ਕਹਿ ਕੇ ਹੱਡੀਆਂ, ਮੈਂ ਕਿਹਾ ਮੁੰਡਾ ਹੀ ਚੰਗਾ, ਹੋਰ ਹੁੰਦਾ ਕੋਈ ਗੋਡਿਆਂ ਹੇਠਾਂ ਲੈ ਲੈਂਦਾ, ਲੈਂਦਾ ਉਹ ਛੱਡਦਾ। ਹਾਂ ਜਿਹੜੇ ਹਾਲਾਤ ਹਿਸਾਬ ਨਾਲ ਉਹ ਜਵਾਕ ਪਲੇ ਆ ਨਾ, ਉਹਨਾਂ ਨੇ ਮਾੜੇ ਹਾਲਾਤ ਦੇਖੇ ਆ। ਇਹ ਤਾਂ ਮੁੰਡੇ ਦੇ ਪੈਰ ਤੋਂ ਉਦੋਂ ਪੀਵੇ ਵੀ ਮੇਰੀ ਲਾਜ ਚੰਗੀ ਨਿਕਲ ਗਈ। ਲੋਕਾਂ ਨੇ ਕਹਿੰਦੇ ਲਾਜ ਮਾੜੀ ਹੁੰਦੀ ਤਾਂ ਪਿਓ ਮਾੜਾ। ਫੇਰ ਕਹਿ ਦੇਣ ਵੀ ਆ ਜਾ ਚੱਲ ਸਾਡੇ ਨਾਲ, ਮੈਨੂੰ ਸਬਜ਼ੀ ਲਿਆ ਕੇ ਦੇ ਤੇ ਮੈਂ ਤੇਰੇ ਦਿਨ ਘੁੱਟ ਜਾ ਬਣਾ। ਬਹਾਨਾ ਜਿਹਾ ਮਾਰ ਕੇ ਆਇਆ ਉੱਥੇ, ਹੈਪੀ ਵੀ ਨਾਲ ਹੀ ਸੀਗਾ, ਮੈਂ ਤੂੰ ਪੈ ਰਹਿ ਜਾ ਇੱਥੇ, ਮੈਂ ਉੱਥੇ ਰੋਟੀ ਰਾਟੀ ਦੀ ਲੋੜ ਹੋਈ ਉਹ ਮੈਂ ਫੜਾ ਦੂੰਗਾ। ਮੈਂ ਨੀ ਪਹਿਲਾਂ ਹਸਪਤਾਲ ਚ ਰਹਿ ਸਕਦਾ, ਤੈਨੂੰ ਪਤਾ ਵੀ ਕਿੱਥੇ ਨੀਂਦ ਆਉਂਦੀ ਉੱਥੇ ਤਾਂ ਦਵਾਈਆਂ ਦੀ ਮੁਸ਼ਕਿਲ ਵੀ ਚੜੀ ਜਾਂਦੀ ਹੈ। ਚੱਲ ਕੋਈ ਨਾ, ਫਿਰ ਗਵਾਂਢ ਮੱਥਾ ਜਾਣਾ ਤਾਂ ਪੈਣਾ ਹੀ ਆ, ਤੇ ਤੂੰ ਐਂ ਕਰ
ਜਾਂ ਸਬਜ਼ੀ ਲੈ ਕੇ ਆ। ਲਿਆਉਣਾ ਮੈਂ ਚਾਹ ਬਣਾਉਣੀ ਤੇਰੇ ਆਉਂਦੇ ਆ। ਲੈ ਆ ਸੁੱਤੇ ਆਰਾਮਦਾਰੀ ਨਾਲ। ਕਿਵੇਂ ਹੋ? ਠੀਕ ਹੈ ਜੀ। ਠੀਕ ਹੈ। ਹਾਂ ਹੋਰ ਭਗਵਾਨ ਨੇ? ਠੀਕ ਹੈ ਠੀਕ ਹੈ ਵਧੀਆ। ਮੈਂ ਤਾਂ ਐਂ ਕਹਿੰਦੀ ਸੀ ਅੱਜ ਕੱਲ ਆਪਣੇ ਘਰ ਚ ਵਿੱਚ ਕਿੰਨੀ ਸ਼ਾਂਤੀ ਹੈ। ਹਾਂ ਸ਼ਾਂਤੀ ਤਾਂ ਪਹਿਲਾਂ ਵੀ ਸੀ ਪਰ ਮੈਂ ਹੀ ਹਮੇਸ਼ਾ ਖੋਰੂ ਪਾਈ ਰੱਖਦਾ ਸੀ ਤੇ ਤੁਸੀਂ ਤਾਂ ਦੋਨੇ ਸ਼ਾਂਤ ਸੀਗੇ। ਚੱਲ ਕੋਈ ਨਾ ਪੁਰਾਣੀਆਂ ਗੱਲਾਂ ਨਾ ਯਾਦ ਕਰਿਆ ਕਰੋ ਨਾਲੇ ਤੁਸੀਂ ਵੀ ਸਾਡੇ ਨਾਲ ਗੁਰੂ ਘਰ ਜਾਇਆ ਕਰੋ। ਠੀਕ ਹੈ ਭਗਵਾਨੇ ਪਰ ਇੱਕ ਗੱਲ ਦਾ ਦੁੱਖ ਹੈ ਮੈਂ ਤੁਹਾਨੂੰ ਬਹੁਤ ਤੰਗ ਕੀਤਾ ਕਦੇ ਤੁਹਾਨੂੰ ਸੁੱਖ ਦੀ ਨੀਂਦ ਨਹੀਂ ਸੌਣ ਦਿੱਤਾ ਪਰ ਤੁਸੀਂ ਫਿਰ ਵੀ ਮੇਰਾ ਸਾਥ ਦਿੰਦੇ ਰਹੇ। ਚਲੋ ਰੋਵੋ ਨਾ ਤੁਸੀਂ ਜੋ ਹੋ ਗਿਆ ਉਹਨੂੰ ਪਿੱਛੇ ਸਿੱਟੋ ਆਉਣ ਵਾਲੀ ਜ਼ਿੰਦਗੀ ਨਾ ਆਪਾਂ ਵਧੀਆ ਬਤੀਤ ਕਰੀਏ। ਹਾਂ ਬਾਪੂ ਮਾਂ ਦੀ ਗੱਲ ਸਹੀ ਹੈ ਜੋ ਪਹਿਲਾਂ ਬੀਤ ਗਿਆ ਨਾ ਉਹਨੂੰ ਭੁੱਲ ਜਾਓ ਹੁਣ ਆਪਾਂ ਸ਼ਾਂਤੀ ਨਾਲ ਆਪਦੀ ਜ਼ਿੰਦਗੀ ਬੀਤ ਕਰੀਏ ਤੇ ਹੁਣ ਆਪਾਂ ਗੁਰੂ ਘਰ ਚੱਲੀਏ ਠੀਕ ਹੈ ਪਰਮਾਤਮਾ ਦਾ ਸ਼ੁਕਰ ਕਰੀਏ ਜੋ ਤੁਹਾਨੂੰ ਜ਼ਿੰਦਗੀ ਬਖਸ਼ਤੀ ਸ਼ੁਕਰ ਦਾਰੂ ਪੀਣੀ ਛੱਡਤੀ ਸ਼ੁਕਰ ਇੰਨਾ ਹੀ ਬਹੁਤ ਹੈ। ਸ਼ੁਕਰ ਹੈ ਪੁੱਤ ਉਸ ਪਰਮਾਤਮਾ ਦੀ ਮਿਹਰਬਾਨੀ ਹੋਈ ਬਾਕੀ ਪੁੱਤ ਤੁਸੀਂ ਮੈਨੂੰ ਬਹੁਤ ਸਹਿਯੋਗ ਦਿੱਤਾ ਤੇ ਮੈਂ ਤਾਂ ਕੋਈ ਕਸਰ ਨਹੀਂ ਛੱਡੀ ਤੁਹਾਨੂੰ ਤੰਗ ਕਰਨ ਦੀ ਪਰ ਤੁਸੀਂ ਜਿਉਂਦੇ ਰਹੋ ਪੁੱਤ ਉਸ ਪਰਮਾਤਮਾ ਦੇ ਲੜ ਲੱਗ ਗਏ ਚਲੋ ਆਪਾਂ ਗੁਰੂ ਘਰ ਚੱਲੀਏ ਤੇ ਉਹਦਾ ਸ਼ੁਕਰਾਨਾ ਕਰੀਏ। ਸ਼ੁਕਰ ਹੈ ਵਾਹਿਗੁਰੂ। ਹਾਂਜੀ ਦੋਸਤੋ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਕਿਵੇਂ ਦੀ ਲੱਗੀ ਵੀਡੀਓ? ਜੇ ਵਧੀਆ ਲੱਗੀ ਕਮੈਂਟ ਕਰਨਾ, ਲਾਈਕ ਕਰਨਾ ਤੇ ਸਾਡੇ ਚੈਨਲ ਨੂੰ ਕਰਨਾ ਸਬਸਕ੍ਰਾਈਬ। ਇਹ 'ਚ ਵੀਡੀਓ 'ਚ ਵੀਡੀਓ ਬਣਾਉਣ ਦਾ ਮਤਲਬ ਇਹ ਸਾਡਾ ਵੀ ਕਈ ਬਜ਼ੁਰਗ ਹੋ ਜਾਂਦੇ ਆ, ਠੀਕ ਆ, ਆਪਦੇ ਘਰ ਵਾਲੀ ਨੂੰ ਕੁੱਟੀ ਜਾਂਦੇ ਰਹਿੰਦੇ ਆ ਤੇ ਆਪਦੇ ਜਵਾਕਾਂ ਨੂੰ ਕੁੱਟੀ ਜਾਂਦੇ ਰਹਿੰਦੇ ਆ। ਬਸ ਮਤਲਬ ਕਿ ਉਹਨਾਂ ਨੇ ਦਾਰੂ ਤਿੱਕਰ ਮਤਲਬ ਹੁੰਦਾ, ਕੰਮ 'ਤੇ ਜਾਣਗੇ ਬਸ ਉਹਨਾਂ ਨੂੰ ਦਾਰੂ ਦੀ ਬੋਤਲ ਮਿਲ ਜੇ ਬਸ ਪਰਿਵਾਰ ਦੇ ਭੁੱਖ ਖੂਹ ਖਾਤੇ ਜਾਵੇ। ਪਰ ਐਂ ਨਹੀਂ ਕਹਿੰਦੇ ਵੀ ਦਾਰੂ ਪੀਓ ਬਣੀ ਪੀਣ ਵਾਸਤੇ ਹੈ, ਪਰ ਐਵੇਂ ਦਿਨ ਰਾਤ ਕਿਹੜਾ ਪੀਂਦਾ ਬਹੁਤ ਗਲਤ ਗੱਲ ਹੈ। ਬਾਕੀ ਜੀ ਜੇ ਹਨਾ ਮਤਲਬ ਦਿਹਾੜੀ ਕਰਦੇ ਆ ਕੋਈ ਕੰਮ ਕਰਦੇ ਆ ਜੇ 500 ਲੈ ਕੇ ਆਉਂਦੇ ਆ ਜਾਂ 400 ਲੈ ਕੇ ਆਉਂਦੇ ਆ 200-250 ਦੀ ਉਹਦੇ ਵਿੱਚੋਂ ਬੋਤਲ ਪੀ ਜਾਂਦੇ ਆ, ਜੇ 250-250 ਦਾ ਸਮਾਨ ਖਾਣ ਪੀਣ ਨੂੰ ਘਰੇ ਲੈ ਕੇ ਆਉਣਗੇ ਤਾਂ ਸਾਰਾ ਟੱਬਰ ਰੱਜ ਕੇ ਖਾਊ, ਬੱਚੇ ਖਾਣਗੇ ਹਨਾ। ਇੱਕ ਬੰਦਾ ਪੀ ਲੈਂਦਾ ਪੀ ਕੇ ਉਹਨੂੰ ਖਰੀ ਕਰਦਾ, ਗਾਲਾਂ ਕੱਢਦਾ, ਬੰਦਾ ਚੰਗਾ ਬੋਲਦਾ, ਉਹਨੂੰ ਸੁੱਧ ਬੁੱਧ ਨੀ ਰਹਿੰਦੀ, ਆਪਦੀ ਇੱਜ਼ਤ ਬਾਰੇ ਵੀ ਨਹੀਂ ਅਗਲਾ ਸੋਚਦਾ ਹਨਾ ਵੀ ਕੀ ਕੁਛ ਹੋ ਰਿਹਾ ਗਾ, ਲੋਕ ਉਹਨੂੰ ਕੀ ਕਹਿ ਰਹੇ ਆ। ਠੀਕ ਆ ਕਦੇ ਵੀ ਵਿਆਹ ਸ਼ਾਦੀ ਆ ਪੀ ਲਓ ਤੁਸੀਂ ਹਨਾ, ਆਪਾਂ ਨੀ ਕਹਿੰਦੇ ਠੀਕ ਆ, ਪਰ ਕਈਆਂ ਦੀ ਪੀਣੀ ਇੰਨੀ ਗੰਦੀ ਹੁੰਦੀ ਆ ਹਨਾ, ਨਾਲੀਆਂ 'ਚ ਡਿੱਗਦੇ ਫਿਰਦੇ ਰਹਿੰਦੇ ਆ, ਉਹਨਾਂ ਨੂੰ ਕੋਈ ਪਰਵਾਹ ਨੀ ਹੁੰਦੀ ਵੀ ਮੇਰੇ ਪਰਿਵਾਰ ਦਾ ਫਿਊਚਰ ਕੀ ਕਿੱਧਰ ਨੂੰ ਜਾ ਰਿਹਾ ਗਾ ਹਨਾ, ਕੀ ਆ ਜਾਂ ਮੈਨੂੰ ਆਲਾ ਦੁਆਲਾ ਕੀ ਕਹਿੰਦਾ ਹੋਊਗਾ। ਤੇ ਕਈ ਤਾਂ ਮੇਰੇ ਦੇਖਣ ਦੀ ਗੱਲ ਆ, ਮੇਰੀ ਫਰੈਂਡ ਆ ਕਹਿੰਦੀ ਮੇਰੇ ਘਰ ਦੇ ਨੂੰ ਕੋਈ ਭੁੱਕੀ ਦਾ ਚਮਚਾ ਦੇ ਦੇ, ਭੁੱਕੀ ਦਾ ਕੀ ਸ਼ਰਾਬ ਦਾ ਪਊਆ ਦੇ ਦੇ ਵੀ ਸਾਡੇ ਸਾਰਾ ਦਿਹਾੜੀ ਕੰਮ ਕਰੀ ਚੱਲ, ਕਹਿੰਦੇ ਭਾਂਡੇ ਵੀ ਮਾਂਜੀ ਜਾਊ ਸਾਰੀ ਦਿਹਾੜੀ ਅਗਲਿਆਂ ਦੇ ਬੈਠਾ। ਹਾਂ ਕਈ ਆਦਤ ਵੀ ਆਪਦੀਆਂ ਆਦਤਾਂ ਬਦਲ ਲਓ ਬਈ, ਲਾਉਣਾ ਪੈਗ ਇੱਕ ਅੱਧਾ ਲਾਓ ਦੋ ਲਾਓ ਪਰ ਪੈਗ ਲਾ ਕੇ ਆਰਾਮ ਦਾਣੇ ਸੌਂ ਜਾਓ ਰੋਟੀ ਖਾ ਕੇ ਹਾਂਜੀ ਤੇ ਗੱਲਾਂ ਬਾਤਾਂ ਕਰੋ। ਬਾਕੀ ਜਿਹੜੀ ਘਰੇ ਤੁਹਾਡੇ ਬੱਚੇ ਪਾਲਦੀ ਆ ਸਾਰੀ ਦਿਹਾੜੀ ਕੰਮ ਕਰਦੀ ਆ ਹਨਾ, ਉਹਦੀ ਕਦਰ ਕਰਿਆ ਕਰੋ ਹਨਾ, ਵੀ ਇਹ ਨੀ ਹੈਗਾ ਤੁਸੀਂ ਸਾਰੀ ਦਿਹਾੜੀ ਉਹਨੇ ਤੁਹਾਡਾ ਘਰ ਸੰਭਾਲਿਆ ਤੁਹਾਡੇ ਬੱਚੇ ਸੰਭਾਲੇ, ਰਾਤ ਨੂੰ ਪੀ ਕੇ ਆ ਕੇ ਉਹਦਾ ਕੁੱਟ ਕਟਾਰਾ ਕਰ ਦਿੰਦੇ ਆ। ਜਿਹੜੇ ਵੀਰ ਸਾਨੂੰ ਕਮੈਂਟ ਕਰਦੇ ਸੀ ਉਹਨਾਂ ਦਾ ਨਾਮ ਬੋਲਣ ਲੱਗੇ ਆ,
ਮਨਜੀਤ ਕੌਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਹਰ ਵੀਡੀਓ ਤੁਸੀਂ ਕਮੈਂਟ ਕਰਦੇ ਹੋ, ਹਿੰਦੀ 'ਚ ਵੀ ਕਰਦੇ ਹੋ ਅਤੇ ਪੰਜਾਬੀ 'ਚ ਵੀ ਕਰਦੇ ਹੋ। ਮਨਜੀਤ ਕੌਰ ਜੀ ਦੋ ਆਈਏ, ਇੱਕ 40-15 ਜੀ, ਇੱਕ ਇਕੱਲੇ ਮਨਜੀਤ ਕੌਰ ਆਈਏ, ਠੀਕ ਆ ਜੀ। ਇੱਕ ਸੁਮਨ ਬਾਲਾ ਜੀ, ਭੋਲਾ ਗਿੱਲ ਜੀ, ਹਰਵੀਨ ਚੌਹਾਨ ਜੀ ਅਤੇ ਡਾਕਟਰ ਸੁਖਰਾਜ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਸਾਨੂੰ ਕਮੈਂਟ ਕਰਦੇ ਰਿਹਾ ਕਰੋ ਅਤੇ ਅਸੀਂ ਹੋਰ ਵੀ ਨਾਮ ਬੋਲਣ ਲੱਗੇ ਹਾਂ। ਅਤੇ ਰੀਤ ਬਾਜਵਾ, ਇਹ ਅਸੀਂ ਪਹਿਲਾਂ ਹੀ ਸਾਂਝੇ ਰੀਤ ਨੂੰ ਗੱਲ ਕਰਦੇ ਵੀ ਰੀਤ ਨੂੰ ਕਮੈਂਟ ਕੀਤਾ, ਰੀਤ ਬਾਜਵਾ ਤੁਹਾਡਾ ਨਾਮ ਆ, ਠੀਕ ਹੈ। ਅਤੇ ਬੱਬਲ ਸਿੰਘ ਜੀ ਅਤੇ ਸੁਰਿੰਦਰ ਸਿੰਘ ਜੀ, ਸੁਰਿੰਦਰ ਸਿੰਘ ਗਿੱਲ ਜੀ ਪਿੰਡ ਮੋਗਾ ਜੀ, ਅਤੇ ਓਮਕਰਨ ਸਿੰਘ ਜੀ, ਸਰਦਾਰ ਬਲਵਿੰਦਰ ਸਿੰਘ ਸਿੱਧੂ ਜੀ, ਸਰਬੰਦਾਸ ਮਹਿਤਾ ਜੀ, ਪ੍ਰਭਦੀਪ ਕੌਰ ਜੀ, ਪ੍ਰਭਦੀਪ ਕੌਰ ਜੀ, ਮਨਜੀਤ ਕੌਰ ਲੁਧਿਆਣਾ ਜੀ, ਤੁਹਾਡਾ ਲੁਧਿਆਣਾ ਜੀ ਇੱਕ, ਠੀਕ ਹੈ ਜੀ। ਹਰਵਿੰਦਰ ਸਿੰਘ, ਸੁਰਿੰਦਰ ਸਿੰਘ ਜੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਤੁਹਾਨੂੰ ਕਮੈਂਟ ਕਰਿਆ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ। ਬਈ ਇੱਕੋ ਟਾਈਟਲ ਦੇ ਪਿੱਛੇ ਦੇਖ ਕੇ ਨਾ ਵੀਡੀਓ ਨੂੰ ਕਲਿੱਕ ਕਰਿਆ ਕਰੋ, ਸਾਡੀਆਂ ਫੋਟੋਆਂ ਲੱਗ ਜਾਇਆ ਕਰਨ ਅਤੇ ਕਲਿੱਕ ਕਰ ਦਿਆ ਕਰੋ ਲਾਜ਼ਮੀ, ਅਤੇ ਤੁਹਾਡੀ ਵੀਡੀਓ ਹਰ ਪਰਿਵਾਰ 'ਚ ਬਹਿ ਕੇ ਦੇਖਣ ਵਾਲੀ ਹੁੰਦੀ ਹੈ। ਕੋਈ ਇਹੋ ਜਿਹਾ ਮੈਸੇਜ ਹੀ ਹੁੰਦਾ ਵੀਡੀਓ 'ਚ, ਕੋਈ ਗਲਤ ਫਲਤ ਵੀਡੀਓ ਨਹੀਂ ਹੁੰਦੀ। ਬਸ ਤੁਹਾਡੇ ਹੱਥ ਜੋੜ ਕੇ ਬੇਨਤੀ ਆ, ਜਦੋਂ ਸਾਡੀ ਮੇਰੀ ਜਾਂ ਰੀਤ ਦੀ ਜਾਂ ਕਿਸੇ ਦੀ ਫੋਟੋ ਦੇਖ ਲਿਆ ਕਰੋ ਤਾਂ ਕਲਿੱਕ ਕਰ ਦਿਆ ਕਰੋ, ਕਿਉਂਕਿ ਤੁਹਾਡੀ ਐਂ ਸਮਝ ਲਓ ਪਰਿਵਾਰਕ ਵੀਡੀਓ ਆ ਗਈ, ਤੁਹਾਡੀ ਨਵੀਂ ਤੁਹਾਡੇ ਵਾਸਤੇ ਨਵੀਂ ਵੀਡੀਓ ਆ ਗਈ। ਬਸ ਐਂ ਟਾਈਟਲ ਨਾ ਦੇਖਿਆ ਕਰੋ, ਆਪਾਂ ਮੇਰੀ ਮਾਂ ਮੋੜ ਦਿਓ, ਵੀ ਟਾਈਟਲ ਉਹੀ ਲਿਖਿਆ ਉਹ ਤਾਂ ਦੇਖਾਂਗੇ, ਫਿਰ ਗਲਤ ਫਹਿਮੀ ਕਰ ਦਿਓ, ਕਿਉਂਕਿ ਹੁਣ ਆਪਾਂ ਨਵੀਆਂ ਨਵੀਆਂ ਵੀਡੀਓ ਅਲੱਗ ਅਲੱਗ ਵਿਸ਼ੇ ਤੇ ਲੈ ਕੇ ਆਇਆ ਕਰਾਂਗੇ। ਜਿਹੜਾ ਕੁਛ ਵੀ ਆਪਣੇ ਆਲੇ ਦੁਆਲੇ ਹੋ ਰਿਹਾ ਗਾ, ਹਨਾ, ਸਾਰੇ ਵੀਡੀਓ ਨੂੰ ਸਪੋਰਟ ਕਰਿਆ ਕਰੋ, ਚੈਨਲ ਨੂੰ ਕਰ ਲਓ ਸਬਸਕ੍ਰਾਈਬ, ਤੇ ਜਿਹੜਾ ਵੀ ਸਾਡੇ ਨਾਲ ਗੱਲ ਕਰਨਾ ਚਾਹੁੰਦਾ, ਸਾਨੂੰ ਵੀਡੀਓ ਦੇਣਾ ਚਾਹੁੰਦਾ ਜਾਂ ਮਾੜੀ ਮੋਟੀ ਗੱਲਬਾਤ ਕਰਨੀ ਹੈ, ਚੈਨਲ ਤੇ ਨੰਬਰ ਦਿੱਤਾ, ਸਾਨੂੰ ਫੋਨ ਵੀ ਕਰ ਸਕਦੇ ਹੋ। ਕਰ ਲਓ 62 82 84 93 ਮੇਰਾ ਮੋਬਾਈਲ ਨੰਬਰ, ਕਦੋਂ ਮਰਜ਼ੀ ਕਾਲ ਕਰ ਸਕਦੇ ਹੋ। ਕੋਈ ਆਪਦਾ ਮੈਸੇਜ ਦੇਣਾ ਚਾਹੁੰਦੇ ਹੋ, ਕੋਈ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਕਰ ਸਕਦੇ ਹੋ, ਕਦੋਂ ਮਰਜ਼ੀ ਕਰੇ। 62 84 94 ਸਾਰਿਆਂ ਦਾ ਧੰਨਵਾਦ।